ਭਰ ਦੀ ਮਨੁੱਖਤਾ ਵਾਤਾਵਰਨ ਅਤੇ ਇਕੋਲੋਜੀਕਲ ਇਸ਼ੂ ਦੇ ਸਬਸਟੀਚਿਊਟ ਵਜੋਂ ਸਪਤ ਸਿੰਧੂ ਲਿਟਰੇਚਰ ਫੈਸਟੀਵਲ ਦਾ ਆਈਡੀਆ ਨਿਕਲਿਆ ਹੈ। ਇਹ ਇੱਕ ਕਾਰਨੀਵਲ ਤੱਕ ਹੀ ਸੀਮਤ ਨਹੀਂ ਹੈ, ਇਹ ਇੱਕ ਵਿਚਾਰ ਵੀ ਹੈ, ਇਹ ਇੱਕ ਤੀਰਥ ਯਾਤਰਾ ਵਰਗਾ ਹੋਵੇਗਾ। ਇਹ 16 ਫਰਵਰੀ ਅਤੇ 27, 28, 29 ਫਰਵਰੀ ਦੇ ਪੜਾਵਾਂ ਵਿੱਚੋਂ ਗੁਜ਼ਰੇਗਾ। ਇਸ ਦਾ ਪਹਿਲਾ ਪੜਾਅ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਵਿੱਚ ਦੁਨੀਆ ਭਰ ਦੇ ਵਿਦਵਾਨ, ਚਿੰਤਕ, ਕਵੀ, ਚਿੱਤਰਕਾਰ, ਮੂਰਤੀਕਾਰ, ਕਲਾਕਾਰ ਅਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਸ਼ਾਸਨਿਕ ਅਧਿਕਾਰੀ ਭਾਗ ਲੈ ਰਹੇ ਹਨ। ਇਸ ਦੇ ਪਹਿਲੇ ਸੈਸ਼ਨ ਵਿੱਚ ਪਹੁੰਚੀਆਂ ਹੋਈਆਂ ਮਹਾਨ ਹਸਤੀਆਂ ਨੂੰ ਮੈਂ ਜੀ ਆਇਆਂ ਆਖਦਾ। ਸਾਡੇ ਅੱਜ ਦੇ ਇਸ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਜਸਟਿਸ ਆਦਰਸ਼ ਕੁਮਾਰ ਗੋਇਲ ਜੀ ਨੂੰ ਮੈਂ ਜੀ ਆਇਆਂ ਆਖਦਾ। ਫਾਰਮਰ ਚੇਅਰਪਰਸਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਫਾਰਮਰ ਜੱਜ ਸੁਪਰੀਮ ਕੋਰਟ ਆਫ ਇੰਡੀਆ, ਉਹਨਾਂ ਦੇ ਨਾਲ ਹੀ ਮੈਂ ਨਿੱਘਾ ਸਵਾਗਤ ਕਰਦਾ। ਇਸ ਸੈਸ਼ਨ ਨੂੰ ਪ੍ਰਜ਼ਾਈਡ ਓਵਰ ਕਰ ਰਹੇ ਨੇ ਡਾਕਟਰ ਨਿਰਮਲਜੀਤ ਸਿੰਘ ਕਲਸੀ ਜੀ, ਰਿਟਾਇਰਡ IAS ਚੇਅਰਪਰਸਨ NSVET। ਇਸ ਤੋਂ ਇਲਾਵਾ ਗੈਸਟ ਆਫ ਆਨਰ ਲਈ ਸ਼੍ਰੀ ਰਜਿੰਦਰ ਗੁਪਤਾ ਜੀ, ਚੇਅਰਪਰਸਨ ਟ੍ਰਾਈਡੈਂਟ ਗਰੁੱਪ ਜੀ ਨੂੰ ਸਵਾਗਤ ਕਰਦੇ ਹਾਂ। ਔਰ ਇਸ ਸੈਸ਼ਨ ਦੇ ਵਿੱਚ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਹੋਈਆਂ, ਜਿਨ੍ਹਾਂ ਵਿੱਚੋਂ ਜਸਟਿਸ SN ਅਗਰਵਾਲ ਜੀ, ਧਰਮਪਾਲ ਜੀ IAS, ਔਰ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਤੋਂ ਪਹੁੰਚੇ ਹੋਏ ਪ੍ਰੋਫੈਸਰ ਸਾਹਿਬਾਨ, ਲੱਖ ਲੱਖ ਕਾਲਜਾਂ 'ਚੋਂ ਪਹੁੰਚੇ ਹੋਏ ਪ੍ਰੋਫੈਸਰ ਸਾਹਿਬਾਨ, ਵਿਦਿਆਰਥੀ, ਅਤੇ ਇਸ ਸੈਸ਼ਨ ਵਿੱਚ ਜੋ ਐਜ਼ ਏ ਪੈਨਲਿਸਟ ਸਾਡੇ ਵਿੱਚ ਪਹੁੰਚੇ ਮੈਂ ਸ਼੍ਰੀ ਸੌਰਿਆ ਦਵਾਲ ਜੀ, ਫਾਊਂਡਰ ਇੰਡੀਆ ਫਾਊਂਡੇਸ਼ਨ, ਸਾਡੇ ਔਨਲਾਈਨ ਉਹ ਇਸ ਸੈਸ਼ਨ ਵਿੱਚ ਜੁੜਨਗੇ, ਉਹਨਾਂ ਦਾ ਵੀ ਅਸੀਂ ਜੀ ਆਇਆਂ ਆਖਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਸ਼੍ਰੀ ਸਰਵੇਸ਼ ਕੌਸ਼ਲ ਜੀ, ਰਿਟਾਇਰਡ IAS, ਫਾਰਮਰ ਚੀਫ ਸੈਕਟਰੀ ਗਵਰਨਮੈਂਟ ਆਫ ਇੰਡੀਆ ਜੀ ਦਾ ਵੀ ਮੈਂ ਨਿੱਘਾ ਸਵਾਗਤ ਕਰਦਾ ਇਸ ਸਪਤ ਸਿੰਧੂ ਦੇ ਪਹਿਲੇ ਸੈਸ਼ਨ ਦੇ ਵਿੱਚ। ਸੋ ਅਸੀਂ ਹੁਣ ਇਸ ਸੈਸ਼ਨ ਦੇ ਵਿੱਚ ਪਹੁੰਚੀਆਂ ਹੋਈਆਂ ਸਾਰੇ ਕਾਲਜ ਹੈ, ਚੰਡੀਗੜ੍ਹ ਦੇ ਕਾਲਜ ਤੋਂ ਪਹੁੰਚੇ ਹੋਏ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ, ਵਿਦਿਆਰਥੀ, ਖੋਜ ਵਿਦਿਆਰਥੀ, ਮੈਂ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। ਸ਼ਬਦ ਦੇ ਬਿਨਾਂ
other than Justice Adarsh Kumar Goyal ji, former chairperson National Green Tribunal, former judge Supreme Court of India, former Chief Justice of Odisha, Guwahati and Punjab and Haryana Court, we welcome you, sir. We are so much honored and privileged to have your graceful presence here in today's event, sir. So we have the privilege of having very eminent personalities over here in the session. Dr. Nirmaljeet Singh Kalsi, retired IAS officer, President, National Council for Vocational Education and Training, Chairman, IITRAA Delhi, former Additional Chief Secretary, Home Punjab, JS Police, Ministry of Home Affairs, Government of India. We feel extremely honored to welcome you, sir. Thank you for lighting up this event with your gracious presence. So I feel delighted to introduce and welcome a very accomplished individual as a guest of honor, Shri Rajendra Gupta ji, Padma Shri awardee, Chairman of Trident Group, Chairman of Advisory Council of Punjab, Haryana, Chandigarh and Himachal Pradesh of Federation of India Chambers of Commerce and Industry and President of Punjab Cricket Association. We welcome you, sir. We are extremely honored and privileged to have your brightening presence among us on this event. Forum ਵੱਲੋਂ ਆਯੋਜਿਤ ਇਸ ਕਾਰਜਕ੍ਰਮ ਦੇ ਵਿੱਚ ਆਏ ਹੋਏ ਸਾਰੇ ਡੈਲੀਗੇਟਸ ਦਾ ਫਾਰਮਲੀ ਧੰਨਵਾਦ ਪ੍ਰਵੀਨ ਕੁਮਾਰ ਜੀ ਕਰ ਚੁੱਕੇ ਨੇ, ਲੇਕਿਨ ਅਸੀਂ ਸਾਰੇ ਹੀ ਦੁਬਾਰਾ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਬਹੁਤ ਹੀ ਵਿਅਸਤ ਸ਼ਡਿਊਲ ਵਿੱਚੋਂ ਸਮੇਂ ਕੱਢ ਕੇ ਅੱਜ ਇੱਥੇ ਸਾਡੇ ਵਿੱਚ ਆਏ ਨੇ। ਮੈਂ ਸਿਰਫ ਦੋ ਸ਼ਬਦ ਇਸ ਜੋ ਆਯੋਜਨ ਹੈ ਉਸਦੇ ਪਿੱਛੇ ਸਾਡਾ ਹੇਤੂ ਕੀ ਹੈ ਉਸਦੇ ਬਾਰੇ ਸ਼ੇਅਰ ਕਰਨਾ ਚਾਹੁੰਦਾ ਹਾਂ। ਸਪਤ ਸਿੰਧੂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਿਲ ਡਿਓਰੈਂਟ ਜੋ ਅਮਰੀਕਾ ਦੇ ਬਹੁਤ ਫੇਮਸ ਹਿਸਟੋਰੀਅਨ ਐਂਡ ਸੋਸ਼ੋਲੋਜਿਸਟ ਹੋਏ ਨੇ, ਉਹਨਾਂ ਨੇ ਕਿਤੇ ਲਿਖਿਆ ਹੈ ਕਿ ਸੰਸਕ੍ਰਿਤੀ ਅਤੇ ਸਿਵਲਾਈਜੇਸ਼ਨ ਦੇ ਵਿੱਚ ਭਾਰਤ ਪੂਰੇ ਵਿਸ਼ਵ ਦੀ ਮਾਂ ਹੈ। ਸਰਸਵਤੀ ਨਦੀ ਅਤੇ 6 ਜਿਹੜੀਆਂ ਦੂਸਰੀਆਂ ਨਦੀਆਂ ਸਨ, ਕੁਝ ਜੀਓਲੋਜਿਕ ਕਾਰਨਾਂ ਕਰਕੇ ਸਰਸਵਤੀ ਨਦੀ ਸੁੱਕ ਗਈ ਔਰ ਹੁਣ ਪਿੱਛੇ ਜੇ ਮਲਟੀ ਏਜੰਸੀ ਮਲਟੀ ਡਿਸਿਪਲਿਨਰੀ ਸਟੱਡੀ ਦੇ ਦੁਆਰਾ ਸਰਸਵਤੀ ਨਦੀ ਦਾ ਪੂਰਾ ਕੋਰਸ ਸਟਾਰਟ ਆਊਟ ਹੋਇਆ ਹੈ ਤਾਂ ਪੂਰੀ ਦੁਨੀਆ ਨੂੰ ਸਭਿਅਤਾ ਦੇਣ ਵਾਲਾ ਇਹ ਇਲਾਕਾ, ਪਰ ਇੱਥੇ ਸਾਡੇ ਅਸੀਂ ਆਪਣੇ ਰੂਟਸ ਤੋਂ ਟੁੱਟੇ ਹੋਏ ਹਾਂ। ਸਪਤ ਸਿੰਧੂ ਦੇ ਬਾਰੇ ਮੇਰੇ ਧਿਆਨ ਵਿੱਚ ਆਉਂਦਾ ਹੈ ਕਿ ਜੇਕਰ ਅਸੀਂ ਕਿਸੇ ਨੂੰ ਕਹੀਏ ਕਿ ਵੇਦਾਂ ਦੀ ਰਚਨਾ ਪੰਜਾਬ ਦੇ ਵਿੱਚ ਹੋਈ ਹੈ ਤਾਂ ਬੜੇ ਹੈਰਾਨ ਹੁੰਦੇ ਹਨ। ਜੇ ਅਸੀਂ ਕਹਿੰਦੇ ਹਾਂ ਕਿ ਚਾਣਕਿਆ ਪੰਜਾਬ ਨਾਲ ਸੰਬੰਧਿਤ ਹੈ ਤਾਂ ਬੜੇ ਹੈਰਾਨ ਹੁੰਦੇ ਹਨ। ਜੇ ਅਸੀਂ ਕਹਿੰਦੇ ਚੰਦਰਗੁਪਤ ਮੌਰਿਆ ਦਾ ਕੈਂਪੇਨ ਪੰਜਾਬ ਤੋਂ ਸ਼ੁਰੂ ਹੋਇਆ ਤਾਂ ਬੜੇ ਹੈਰਾਨ ਹੁੰਦੇ ਹਨ। ਇੱਥੋਂ ਤੱਕ ਕਿ ਜੇ ਅਸੀਂ ਕਹੀਏ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸ਼੍ਰੀਮਦ ਭਗਵਤ ਗੀਤਾ ਦਾ ਉਪਦੇਸ਼ ਪੰਜਾਬ ਦੀ ਪਵਿੱਤਰ ਧਰਤੀ 'ਤੇ ਦਿੱਤਾ ਸੀ ਤਾਂ ਕਈ ਵਾਰ ਇੱਕ ਸਟੈਂਪ ਔਰ ਜਵਾਬ ਆਉਂਦਾ ਕਿਉਂ ਨਹੀਂ ਜੀ ਉੱਥੇ ਹਰਿਆਣਾ 'ਚ ਪੈਂਦਾ ਹੈ। ਹਰਿਆਣਾ ਇਜ਼ ਮੇਰੀ 50 ਈਅਰ ਓਲਡ।
ਸੋ ਸਪਤ ਸਿੰਧੂ ਮਤਲਬ ਜਿਸ ਤਰ੍ਹਾਂ ਬੇਲਟਰਾਂਡ ਜੀ ਕਹਿੰਦੇ ਨੇ ਕਿ ਇੰਡੀਆ ਸੰਸਕ੍ਰਿਤੀ ਦੇ ਵਿੱਚ ਪੂਰੇ ਵਿਸ਼ਵ ਦੀ ਮਾਂ ਹੈ, ਤਾਂ ਸਪਤ ਸਿੰਧੂ ਪਰਫੈਕਟਲੀ ਉਹ ਇਲਾਕਾ ਹੈ ਜਿਸਨੇ ਭਾਰਤ ਦੀ ਇਸ ਮਹਾਨ ਸਭਿਅਤਾ ਨੂੰ ਮਾਤਾ ਸਰਸਵਤੀ, ਇਸੇ ਕਰਕੇ ਹੀ ਮਾਤਾ ਸਰਸਵਤੀ ਨੂੰ ਲਰਨਿੰਗ ਦੀ ਕਲਾ ਦੀ ਗੋਡੈਸ ਮੰਨਿਆ ਗਿਆ ਹੈ, ਕਿਉਂਕਿ ਕਰੀਬ ਕਰੀਬ 600 ਜਿਹੜੀਆਂ ਸਾਈਟਸ ਐਕਸਕੇਵੇਟ ਹੋਈਆਂ ਨੇ ਜਿਸ ਨੂੰ ਸਿੰਧੂ ਘਾਟੀ ਦੀ ਸਭਿਅਤਾ ਕਿਹਾ ਜਾਂਦਾ ਹੈ, ਉਹਦੇ ਵਿੱਚੋਂ 80% ਜਿਹੜੀਆਂ ਸਾਈਟਸ ਨੇ ਉਹ ਸਰਸਵਤੀ ਨਦੀ ਦੇ ਕੋਰਸ ਦੇ ਉੱਤੇ ਹਨ। ਸੋ ਪੰਜਾਬ ਦੇ ਇੰਟਲੈਕਚੁਅਲਸ ਨੂੰ, ਪੰਜਾਬ ਦੇ ਅਕੈਡਮੀਸ਼ੀਅਨ ਨੂੰ, ਪੰਜਾਬ ਦੇ ਰਿਸਰਚਰਸ ਨੂੰ ਸਪਤ ਸਿੰਧੂ ਦੀ ਉਸ ਰਿਚ ਲਗੇਸੀ ਨਾਲ ਕਨੈਕਟ ਕਰਨ ਲਈ। ਔਰ ਫਿਰ ਇੱਕ ਇਸਦੇ ਵਿੱਚ ਹੋਰ ਵੀ ਵੱਡੀ ਗੱਲ ਹੈ ਕਿ ਬਾਕੀ ਸਭਿਅਤਾਵਾਂ ਸਾਰੀਆਂ ਇੱਕ ਇੱਕ ਕੰਟਰੀਬਿਊਸ਼ਨ ਦੇ, ਕਿ ਫਲਾਣੀ ਸਭਿਅਤਾ ਦੇ ਵਿੱਚ ਭਵਨ ਨਿਰਮਾਣ ਹੋਇਆ, ਇਹ ਸਭਿਅਤਾ ਮੈਟਾਲੋਜੀ ਦੇ ਵਿੱਚ ਅੱਗੇ ਸੀ, ਇੱਥੇ ਪਬਲਿਕ ਐਡਮਿਨਿਸਟ੍ਰੇਸ਼ਨ ਅੱਛੀ ਸੀ, ਇੱਥੇ ਅਰਬਨਾਈਜੇਸ਼ਨ ਸ਼ੁਰੂ ਹੋਈ, ਇੱਥੇ ਐਗਰੀਕਲਚਰ ਜ਼ਿਆਦਾ ਹੋਇਆ, ਇੱਥੇ ਟ੍ਰੇਡ ਜ਼ਿਆਦਾ ਹੋਇਆ। ਹਾਲਤ ਇਹ ਹੈ ਕਿ ਤੁਸੀਂ ਕਿਸੇ ਵੀ ਡੋਮੇਨ ਦੀ ਗੱਲ ਕਰੋ ਔਰ ਤੁਹਾਨੂੰ ਸਭ ਸਿੱਧੂ ਦੇ ਵਿੱਚ ਉਹਦੀ ਰੂਟ ਮਿਲੇਗੀ। ਔਰ ਲੱਖਾਂ ਹੀ ਆਰਕਾਈਵਸ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਅਲੱਗ ਅਲੱਗ ਯੂਨੀਵਰਸਿਟੀਜ਼ 'ਚ, ਅਲੱਗ ਅਲੱਗ ਮਿਊਜ਼ੀਅਮਸ ਦੇ ਵਿੱਚ ਪਈਆਂ ਹੋਈਆਂ ਨੇ ਜਿਨ੍ਹਾਂ ਦੇ ਉੱਤੇ ਹਾਲੇ ਕੰਮ ਨਹੀਂ ਹੋਇਆ ਹੈ। ਲੇਕਿਨ ਜੇਕਰ ਸਾਡਾ ਛੋਟਾ ਜਿਹਾ ਉਪਰਾਲਾ ਹੈ ਕਿ ਸਾਡੇ ਇਸ ਧਰਤੀ ਨਾਲ ਸੰਬੰਧਿਤ ਜੋ ਇੰਟਲੈਕਚੁਅਲਸ ਹਨ ਜਿਨ੍ਹਾਂ ਦਾ ਇਸ ਵਿਸ਼ੇ 'ਤੇ ਬਹੁਤ ਜ਼ਿਆਦਾ ਪਕੜ ਹੈ, ਗਿਆਨ ਹੈ, ਉਹਨਾਂ ਦੇ ਮਾਧਿਅਮ ਦੇ ਨਾਲ ਜੋ ਇਸ ਅਲੱਗ ਅਲੱਗ ਵਿਸ਼ੇ ਹਨ ਜੋ ਸਪਤ ਸਿੰਧੂ ਦੇ ਅੱਜ ਤੋਂ ਕਰੀਬ ਕਰੀਬ 10,000 ਸਾਲ ਪਹਿਲਾਂ ਧਰਤੀ ਦੇ ਇਸ ਖਿੱਤੇ 'ਤੇ ਸਾਡੇ ਪੂਰਵਜਾਂ ਨੇ ਦੁਨੀਆਂ ਦੇ ਵਿੱਚ ਸਿਵਲਾਈਜੇਸ਼ਨ ਦੀ ਸ਼ੁਰੂਆਤ ਕੀਤੀ ਔਰ ਇੱਕ ਇੱਕ ਕਰਕੇ ਉਹਦੇ 'ਚ ਡੋਮੇਨ ਜੋੜਦੇ ਗਏ ਅਤੇ ਉਹ ਸਾਰੇ ਜਿਹੜੇ ਡੋਮੇਨਸ ਨੇ ਉਹਨਾਂ ਦੀ ਜਿਹੜੀ ਲੇਅਰਸ ਨੇ ਉਹਨਾਂ ਨੂੰ ਅਨਫੋਲਡ ਕਰੀਏ। ਤੋ ਇਸਦੇ ਲਈ ਮੈਂ ਆਏ ਹੋਏ ਸਾਰੇ ਵਿਦਵਾਨਾਂ ਦਾ ਵੀ ਔਰ ਸਾਰੇ ਸ਼ਰੋਤਿਆਂ ਦਾ ਜਿਨ੍ਹਾਂ ਦੇ ਵਿੱਚ ਮੋਸਟਲੀ ਅਕੈਡਮੀਸ਼ੀਆ ਤੋਂ ਆਏ ਹੋਏ ਨੇ, ਸਾਡੇ ਪ੍ਰਿੰਸੀਪਲ ਸਾਹਿਬਾਨ, ਪ੍ਰੋਫੈਸਰ ਸਾਹਿਬਾਨ ਔਰ ਸਾਡੇ ਬਾਕੀ ਸਾਰੇ ਲੋਕ, ਉਹਨਾਂ ਦਾ ਵੀ ਧੰਨਵਾਦ ਕਰਦਾ। ਔਰ ਮੈਂ ਕੋਸ਼ਿਸ਼ ਕਰ ਨਿਵੇਦਨ ਕਰਾਂਗਾ ਕਿ ਜਿਹੜਾ ਸਾਡਾ ਸਪਤ ਸਿੰਧੂ ਦਾ ਇਹ ਸਿੰਗਲ ਇਵੈਂਟ ਪ੍ਰੋਗਰਾਮ ਨਹੀਂ ਹੈ, ਸੋ ਇਸ ਦੇ ਵਿੱਚ ਅਲੱਗ ਅਲੱਗ ਅਧਿਐਨ ਗੱਠ ਬਣਾ ਕੇ ਅਲੱਗ ਅਲੱਗ ਵਿਸ਼ਿਆਂ ਦੇ ਵਿੱਚ ਅੱਗੇ ਚੰਡੀਗੜ੍ਹ ਦੇ ਵਿੱਚ, ਪਿੱਛੇ ਸਾਡੇ ਪ੍ਰਿੰਸੀਪਲ ਸਾਹਿਬਾਨ ਨੂੰ ਮੈਂ ਇੱਕ ਰਿਕੁਐਸਟ ਕੀਤੀ ਸੀ ਕਿ ਜੇਕਰ ਚੰਡੀਗੜ੍ਹ 2 ਸਟੇਟਾਂ ਦੀ ਰਾਜਧਾਨੀ ਹੋ ਸਕਦਾ ਹੈ ਤਾਂ ਵਾਏ ਨਾਟ ਚੰਡੀਗੜ੍ਹ ਸਪਤ ਸਿੰਧੂ ਦੀ ਇੰਟਲੈਕਚੁਅਲ ਕੈਪੀਟਲ ਹੋ ਸਕਦਾ। ਸੋ ਅਸੀਂ ਉਹ ਜਿਹੜੀ ਸਪਤ ਸਿੰਧੂ ਦੀ ਇੰਟਲੈਕਚੁਅਲ ਕੈਪੀਟਲ ਹੈ ਔਰ ਜਿਸ ਤਰ੍ਹਾਂ ਦੇ ਡਾਇਸ ਐਂਡ ਆਫ ਦੀ ਡਾਇਸ ਸਾਡੇ ਕੋਲ ਵਿਦਵਾਨ ਸਾਨੂੰ ਉਪਲਬਧ ਹਨ, ਸਾਨੂੰ ਪਰਮਾਤਮਾ ਦੀ ਕਿਰਪਾ ਹੈ ਜਿਨ੍ਹਾਂ ਵਿਦਵਾਨਾਂ ਦੀ ਸਾਨੂੰ ਰਹਿਨੁਮਾਈ, ਸਾਨੂੰ ਉਹਨਾਂ ਦਾ ਮਾਰਗਦਰਸ਼ਨ ਮਿਲਦਾ ਹੈ, ਤਾਂ ਉਸ ਲੈ ਕੇ ਮੈਨੂੰ ਲੱਗਦਾ ਹੈ ਅਸੀਂ ਸਾਰੇ ਬਿਲਕੁਲ ਇੱਥੇ ਚੰਡੀਗੜ੍ਹ ਦੇ ਵਿੱਚ ਸਪਤ ਸਿੰਧੂ ਦੀ ਇੰਟਲੈਕਚੁਅਲ ਕੈਪੀਟਲ ਬਣਾਉਣ ਵੱਲ ਇੱਕ ਆਪਦਾ ਨਿੱਘਰ ਯੋਗਦਾਨ ਪਾਵਾਂਗੇ। ਔਰ ਜਿਹੜਾ ਅੱਜ ਇਹ ਪ੍ਰੋਗਰਾਮ ਸ਼ੁਰੂ ਹੋਏਗਾ ਤਾਂ ਉਹ ਅਲੱਗ ਅਲੱਗ ਡੋਮੇਨਸ ਦੇ ਵਿੱਚ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਸਪਤ ਸਿੰਧੂ ਦੇ ਮਲਟੀ ਡਿਮੈਂਸ਼ਨਲ ਸਿਵਲਾਈਜੇਸ਼ਨ ਨੂੰ ਦੁਬਾਰਾ ਡਾਕੂਮੈਂਟ ਕਰਕੇ ਜਿਹੜੀ ਸਾਡੀ ਅੱਜ ਪੰਜਾਬ ਦੀ ਕਰੰਟ ਪੀੜ੍ਹੀ ਹੈ, ਪੰਜਾਬ ਤੋਂ ਮੇਰਾ ਮਤਲਬ ਅੱਜ ਦਾ ਪੋਲੀਟੀਕਲ ਪੰਜਾਬ ਨਹੀਂ, ਸਪਤ ਸਿੰਧੂ ਦਾ ਵਿਸ਼ਾਲ ਪੰਜਾਬ ਜਿਹੜਾ ਪਾਕਿਸਤਾਨ ਦੇ ਵਿੱਚ ਵੀ ਰਹਿ ਗਿਆ, ਜੰਮੂ ਦੇ ਵਿੱਚ ਵੀ ਰਹਿ ਗਿਆ, ਹਿਮਾਚਲ 'ਚ ਵੀ ਹੈ, ਹਰਿਆਣਾ 'ਚ ਵੀ ਹੈ, ਤਾਂ ਪੂਰਾ ਉਹ ਜਿਹੜਾ ਸਾਡਾ ਕਲਚਰ ਰਾਜਸਥਾਨ ਦੇ ਵਿੱਚ ਵੀ ਹੈ, ਉਸ ਜਿਹੜੀ ਫਾਰਗੋਟਨ ਲੈਗੇਸੀ ਹੈ ਅਸੀਂ ਉਹਦੇ ਨਾਲ ਕਨੈਕਟ ਹੋਈਏ। ਦੈਟ ਵਾਜ ਦੀ ਓਨਲੀ ਏਮ ਟੂ ਇਨੀਸ਼ੀਏਟ ਦਿਸ ਪ੍ਰੋਗਰਾਮ, ਕੰਟਰੀਬਿਊਟਿੰਗ ਟੂ ਅਚੀਵ ਆਵਰ ਗੋਲ ਟੂ ਕ੍ਰੀਏਟ ਏ ਗਰੁੱਪ
ਟੂ ਮੇਕ ਚੰਡੀਗੜ੍ਹ ਇੰਟਲੈਕਚੁਅਲ ਕੈਪੀਟਲ ਆਫ ਸਾਊਥ ਸਿੰਧੂ। ਥੈਂਕ ਯੂ। ਆਪਕਾ ਸਵਾਗਤ ਹੈ। ਮੈਂ ਆਪਸੇ ਇੰਟਰੋਡਿਊਸ ਕਰਾ ਦੂੰ। ਡਾਇਸ ਪੇ ਹੈ ਆਨਰੇਬਲ ਜਸਟਿਸ ਆਦਰਸ਼ ਗੋਇਲ ਜੀ, ਸ਼੍ਰੀ ਨਿਰਮਲਜੀਤ ਸਿੰਘ ਕਲਸੀ ਜੀ, ਸ਼੍ਰੀ ਸਰਵੇਸ਼ ਕੌਸ਼ਲ ਜੀ, ਸ਼੍ਰੀ ਰਾਜਿੰਦਰ ਗੁਪਤਾ ਜੀ, ਔਰ ਆਡੀਅੰਸ ਮੇਂ ਹਮਾਰੇ ਜਸਟਿਸ ਅਗਰਵਾਲ, ਜਸਟਿਸ ਜਸਵੀਰ ਸਿੰਘ ਜੀ, ਸ਼੍ਰੀ ਸੰਤੋਸ਼ ਤਨੇਜਾ ਜੀ, ਸ਼੍ਰੀ ਧਰਮਪਾਲ ਜੀ, ਐਂਡ ਚੰਡੀਗੜ੍ਹ ਕੇ ਵੇਰੀਅਸ ਕਾਲਜਸ ਕੇ ਪ੍ਰਿੰਸੀਪਲ, ਫੈਕਲਟੀਜ਼ ਐਂਡ ਰਿਸਰਚਰਸ ਹੈ। ਸੋ ਇੱਕ ਵਾਰ ਫਾਰਮਲੀ ਮੈਂ ਇੰਟਰੋਡਿਊਸ ਕਰਾ ਦੂੰ। ਸ਼੍ਰੀ ਸ਼ੌਰਿਆ ਦਵਾਲ ਜੀ, ਸ਼ੌਰਿਆ ਜੀ ਇਜ਼ ਫਾਊਂਡਰ ਆਫ ਦੀ ਇੰਡੀਆ ਫਾਊਂਡੇਸ਼ਨ, ਐਂਡ ਇੰਡੀਆ ਫਾਊਂਡੇਸ਼ਨ ਇਜ਼ ਵਰਕਿੰਗ ਔਨ ਮਲਟੀਪਲ ਡੋਮੇਨਸ ਐਂਡ ਡਿਮੈਂਸ਼ਨਸ ਫਰੋਮ ਦੀ ਫਾਰ ਪਾਲਿਸੀ ਮੇਕਰ। ਸੋ ਅੱਜ ਕੇ ਸੈਸ਼ਨ ਮੇਂ ਹਮਾਰੇ ਪਹਿਲੇ ਸਪੀਕਰ ਸ਼੍ਰੀ ਸ਼ੌਰਿਆ ਜੀ ਹੈ। ਸੋ ਆਈ ਵਿਲ ਰਿਕੁਐਸਟ ਸ਼ੌਰਿਆ ਜੀ ਟੂ ਡਿਲੀਵਰ ਹਿਸ ਟਾਕ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਗਰਗ ਜੀ ਫੋਰ ਯੋਰ ਕਾਇੰਡ ਇੰਟਰੋਡਕਸ਼ਨ। ਆਈ ਐਮ ਟੂ ਆਲ ਦੀ ਐਸਟੀਮਡ ਸਪੀਕਰਸ ਔਨ ਦਾ ਡਾਇਸ, ਕਲਸੀ ਜੀ, ਗੁਪਤਾ ਜੀ, ਸਰਵੇਸ਼ ਕੌਸ਼ਲ ਜੀ, ਆਪ ਸਭਕੋ ਮੇਰਾ ਨਮਸਕਾਰ, ਐਂਡ ਆਡੀਅੰਸ ਕੋ ਵੀ ਗੁਡ ਮਾਰਨਿੰਗ ਐਂਡ ਸਤਿ ਸ਼੍ਰੀ ਅਕਾਲ ਜੀ। ਆਈ ਐਮ ਸੋਰੀ I could not be with all of you in person. Mera bada man tha aaj aap logon ke sath hone ka, lekin ye formal protest ki wajah se last minute kuch confusion aur travel mein samasya aa gayi, isliye aaj main aap logon ke sath physically nahi ho sakta ho paya hu, but main Garg ji ka bahut aabhari hu ki Garg ji ne mujhe ye avsar diya aap sab se baat karne ka, aur I am delighted ki ab aap logon ke madhyam se ye ek naya initiative ਪੰਜਾਬ ਮੇਂ ਸ਼ੁਰੂ ਹੋ ਰਹਾ ਹੈ। ਇਸਕਾ ਪਹਿਲਾ ਸੈਸ਼ਨ ਅੱਜ ਹੋ ਰਹਾ ਹੈ, ਔਰ ਆਈ ਐਮ ਹੋਪਫੁਲ ਕਿ ਇਸਕੋ ਹਮ ਕੰਟੀਨਿਊ ਕਰੇਂਗੇ, ਔਰ ਮੁਝੇ ਫਿਰ ਕੋਈ ਅਵਸਰ ਮਿਲੇਗਾ ਆਪ ਲੋਗੋਂ ਸੇ ਵਿਅਕਤੀਗਤ ਤਰੀਕੇ ਸੇ ਸੰਵਾਦ ਕਰਨੇ ਕਾ, ਐਂਡ ਬੀਂਗ ਏਬਲ ਟੂ ਸਪੀਕ ਟੂ ਯੂ ਅਬਾਊਟ ਵਾਈ ਕ੍ਰੀਏਟਿੰਗ ਸਚ ਅ ਨੈਰੇਟਿਵ ਐਂਡ ਵਾਈ ਕ੍ਰੀਏਟਿੰਗ ਸਚ ਅ ਡਿਸਕਸ਼ਨ ਇਜ਼ ਇੰਡੀਡ ਵੈਰੀ ਇੰਪੋਰਟੈਂਟ। I have been given the topic to speak about the social development and the economy of Sindhu and its contribution to the development of trade and commerce. Well, at the onset, to the audience and to the esteemed speakers on the dais, I must confess ki I am not a historian, and I have no credentials to talk about the history of any place, leave aside this region. I am more a practitioner of today's policy and politics, and therefore for me I would like to take this opportunity to really talk about why the Sindhu and why the importance of Sub-Sindhu in current context is very relevant for the development of trade and commerce of India of today and of India of tomorrow, rather than the India of the past. I am sure you will have many esteemed historians and speakers who will be able to contribute more about their knowledge of the past.
we are living today in a world where everybody would have heard the statement ki data is the new oil. हम एक ऐसी दुनिया में जा रहे हैं जहां जो डेटा को कंट्रोल करेगा वही दुनिया को कंट्रोल करेगा. बिकॉज आने वाले टाइम पर जितनी टेक्नोलॉजिकल ग्रोथ है, डेवलपमेंट है, आर्टिफिशियल इंटेलिजेंस है, वो सारी डेटा पे डिपेंडेंट है. और जिसके पास जितना बढ़िया डेटा होता है, जितना मोर डिजिटल डेटा होता है, जितना मोर एग्जॉस्टिव डेटा होता है, उतना बढ़िया वो फ्यूचर को प्रिडिक्ट कर सकता है. इसी एनालॉजी को अगर मैं थोड़ा एक्सटेंड करता हूँ तो मुझे लगता है कि दुनिया के अंदर आने वाले टाइम की हिस्ट्री बहुत इंपॉर्टेंट होने वाली है. बिकॉज हिस्ट्री सबसे एक तरह से आप सोच सकते हैं हिस्ट्री को पास्ट, बट दूसरी तरह आप सोच सकते हैं कि हिस्ट्री कुछ नहीं है बट डेटा है फॉर अ पीरियड ऑफ टाइम. और जिसके पास जितनी लंबी हिस्ट्री है उसके पास उतना लंबा रिकॉर्ड और उतना ज्यादा एग्जॉस्टिव डेटा है फॉर द पास्ट. और वो सारे डेटा पॉइंट्स फिर यूज किए जा सकते हैं टू प्रिडिक्ट एंड मॉडल कि आज जो कंप्यूटर सुपर कंप्यूटर आज का अगला भविष्य क्या होगा. प्रिडिक्ट हम उसके बेसिस पर प्रिडिक्ट कर सकते हैं. तो हमारा देश एंड आवर कंट्री एंड पर्टिकुलरली आपका जो ये सप्त सिंधु का एरिया है ये रिच है बिकॉज इसकी एक अनइंटरप्टेड हिस्ट्री है, एक अनइंटरप्टेड डेटा है विच एक्सटेंड्स thousands of years, you know, from the Vedic period all the way to today, of which can now be understood that how it can be useful to the development of trade and commerce. And I think it has great implications that if we go back and looked at what Sapta Sindhu was and then try to extrapolate it and see what will it mean in the times of tomorrow. You know, the Sapt Sindhu, or what we are, you know, loosely calling this region, is really the area, let me say, between the Indus and the Indo-Gangetic Plain. And this was the cradle of the first, Indus Valley civilization. So, River Indus played a vital role in shaping and enhancing the status of this region and of the adjoining areas. It also connected from here to other civilizations. Now let me just hold that one thought that if River Indus and its descent into what is present day Sindh and from where the word Sindhu comes had great implications to the ancient civilizations and their use of the oceans towards trading and commerce with the West. In the 21st century, as the clock turns, we are again going back to this phenomenon. Recently at the G20 conference, the Prime Minister of India announced a very ambitious program of connecting India to Europe and creating a trade corridor which will pass to what is the current day Middle East and through then to Central Asia, Eastern Europe into Europe. And it will therefore connect the east of India to the global west. Now, if you think about the geography, the Sindh region and the Arabian Seas and the west of the Indian Ocean played a very important role. So, can you think tomorrow, as this corridor develops, that this region of Sindhu
can actually be the contributing point for a lot of connecting the Indo-Gangetic and the central hinterland to this trade corridor. Now, I do understand that current geography of today does not allow us to access Sindh as we historically did, because we have a western neighbor in the name of Pakistan who is not a very rational or intelligent player in the evolving situation. But even for the moment, I assume that, you know, that area of Pakistan, at least in the immediate future, is not available. Maybe in the future it will change and geopolitics will change that will allow us the uninterrupted access of Indus into the Arabian Sea. But for the moment, we still have the Sindhu region connecting itself via modern, you know, via the ports of Gujarat into the Arabian Ocean. And therefore, Sindhu can play a very important role, I think, for both manufacturing and also to some extent for agriculture and traditional handicrafts that come out of this region, in exporting them through the regions of the Arabian Sea into the western world. So I think modern day Punjab should really be thinking about what can be done to this route. The other route that the Sub-Sindhu region was connected was that it was connected to the Central Asian Republic through the Silk Route. It was from here that, so while one went via the sea, the other route which went north, one went south, one the other went north, and the other through the Silk Route connected us to the Central Asian Republics. Now, this is the second most ambitious program for India in the current world of tomorrow, we want to be able to tap into the energy security of this country and through the western frontier into the Central Asian Republic. We have a very ambitious program of reconnecting ourselves back to that Silk Route. Again, we run into problems because a huge part of that was unfortunately lost in 1947 to what are now known as the northern regions of Pakistan, or the area of Gilgit-Baltistan, or shared about 140 kilometers with Afghanistan, and therefore connects us to the Central Asian Republics. But so that again remains a structural constraint in the current context. But again, you know, as I've said, these are civilizational issues, and these geopolitics can change at any point in time. And India continues to aspire to be able to connect with our Western Central Asian neighbors through that route. But in the short run, we still have the route of the traditional Central Asian Republic through the Karakoram Pass and through the Ladakh region of ours into that, and maybe possibly through a more amicable China in the future. So I think one of the things historians and academics must really understand and study, that what was the original Silk Route, what was that was being taken from here into the Central Asian Republics, and what is it that we can bring back from the Central Republics into this region. So I am very hopeful that in the coming times, if the people in the Sub-Sindhu region go back into their history, go back into the trade and commerce of this region, ab ek naya idea nikal payenge, notwithstanding the current geopolitics, of developing and opening once again our access to Central Asian neighbors. And you know, world constantly changes.
यू नो आज की तारीख पे हम इंडियन ओशन को डिफाइन कर रहे हैं एज न्यू फ्रंटियर्स ऑफ इंडिया, एज न्यू नेबर्स ऑफ इंडिया। हम ये कह रहे हैं कि सिर्फ वही नेबर्स नहीं है जिनके साथ हम लैंड बॉर्डर शेयर करते हैं, बट वो भी हमारे नेबर्स हैं जिनके साथ हम सी बॉर्डर शेयर करते हैं। और मैं अभी पिछले हफ्ते ऑस्ट्रेलिया में था, हम ऑस्ट्रेलिया तक को, पर्टिकुलरली जो ऑस्ट्रेलिया का वेस्टर्न ऑस्ट्रेलिया है, पर उसको कह रहे हैं कि वो भी हिंदुस्तान का नेबर है, भारतवर्ष का नेबर है। तो सेंट्रल एशियन रिपब्लिक जो हमारे सिल्क रूट से कनेक्ट होते थे और जिनका लैंडिंग पॉइंट ये सब सिंधु रीजन था, वो भी हमारे नेबर्स हैं जो आज आर्टिफिशियली हमसे कनेक्ट डिस्कनेक्ट हो गए हैं बिकॉज ऑफ द करेंट जियो पॉलिटिक्स। बट भविष्य की जियो पॉलिटिक्स माइट चेंज इट टू अगेन ओपन द रूट्स ऑफ ट्रेड एंड कॉमर्स। लेकिन हमको पास्ट को समझना पड़ेगा, हमको ये समझना पड़ेगा कि हमारे पास्ट में इस रीजन के प्रति क्या कंट्रीब्यूशन था ट्रेड एंड कॉमर्स का, जो हम इसको फ्यूचर में भी डेवलप कर पाएंगे। तो मुझे लगता है कि जो सप्त सिंधु का जो जो बोल है, जो इन सातों नदियों के बीच बहता है, जो 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 एक तरफ ईस्ट में सिंध से कनेक्ट करता है और अरेबियन ओशन से कनेक्ट करता है, और नॉर्थ में सिल्क रूट के माध्यम से सेंट्रल एशिया और फिर यूरोप को कनेक्ट करता है, ये एक बड़ा ही इंटरेस्टिंग क्रैडल है जिसमें हिस्टोरिकली सिविलाइजेशंस पैदा हुई और जिन्होंने हिंदुस्तान को एक्सपेंड किया। और अब मुझे लगता है कि आने वाले भविष्य में भी जब हिंदुस्तान अगले 25 साल के अंदर 100 साल की आजादी पहुंचेगा और अपने को देखेगा एज द विश्व गुरु और नेशन जो दुनिया की ट्रेड और कॉमर्स को डोमिनेट करता है, इकोनॉमिक्स को डोमिनेट करता है, नरेटिव को डोमिनेट करता है, कल्चर को डोमिनेट करता है, म्यूजिक को डोमिनेट करता है, तो इस रीजन से निकले हुए आइडियाज, इस रीजन से निकले हुए प्रोडक्ट्स और इस रीजन से निकले हुए पीपल भी एक बड़ा इम्पोर्टेंट रोल प्ले करेंगे इसके एवोल्यूशन में। तो मुझे बहुत खुशी है कि इस सप्त सिंधु का जो 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 नैरेटिव है, इसको दोबारा से रिक्रिएट किया जा रहा है, इसको अब दोबारा पढ़ा जाएगा, इसकी लेगेसी को अंडरस्टैंड किया जाएगा, और पॉसिबली ओवर द नेक्स्ट फ्यू ईयर्स वी डिस्कस दिस अमंग आवरसेल्व्स, एक नया टेम्पलेट क्रिएट किया जाएगा कि आने वाले भविष्य में इस डेटा को, जहां से मैंने शुरू किया था, इतने रिच डेटा को, इतने डाइवर्स डेटा को, इतने लॉन्ग डेटा को हम कैसे मॉडल कर सकते हैं टू कम आउट विद न्यू आइडियाज एंड न्यू प्रिडिक्टिव टूल्स प्लान किया भारत के भविष्य में इस रीजन का क्या रोज होगा। और आई एम 100% कॉन्फिडेंट कि जो सप्त सिंधु का जो रीजन है, ये एक भारत, नए भारत में और लीडरशिप का ही नहीं बट इकोनॉमिक लीडरशिप का भी रोल प्ले करेगा और अपने लेगेसी को एक फ्यूचर के लिए भी तैयार करेगा। सो विद दिस वर्ड्स आई थैंक योर द होस्ट एंड द ऑडियंस एंड आई विश ऑल ऑफ यू अ ग्रेट डे ऑफ डिस्कसिंग दिस इवन एट ग्रेटर लेंथ। थैंक यू वेरी मच, नमस्कार। थैंक यू फॉर डिस्कशन, इट इज अ स्प्रिंगबोर्ड for a paradigm shift. ਕਿਹੜੀ paradigm shift ਅਸੀਂ ਇਸ forum ਦੇ ਰਾਹੀਂ ਕਰਨਾ ਚਾਹੁੰਦੇ ਹਾਂ, ਬੜਾ ਇੰਪੋਰਟੈਂਟ ਹੈ। ਇਹ ਸਬਜੈਕਟ ਬੜਾ ਇੰਪੋਰਟੈਂਟ ਹੈ, ਬੜਾ ਐਪਰੋਪ੍ਰੀਏਟ ਹੈ। ਸਾਰੀ ਦੁਨੀਆ 'ਚ ਬਹੁਤ ਸੇ ਕੰਫਲਿਕਟ ਚੱਲ ਰਹੇ ਨੇ, ਕੰਫਲਿਕਟ ਚਾਹੇ ਯੂਕਰੇਨ ਦਾ ਹੋਵੇ, ਚਾਹੇ ਇਜ਼ਰਾਈਲ ਦਾ ਹੋਵੇ, ਚਾਹੇ
ਪੂਰੇ ਵਿਸ਼ਵ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਮਬੈਲੈਂਸਿਸ ਨੇ, ਚਾਹੇ ਫਾਈਨੈਂਸ਼ੀਅਲ ਬੈਲੈਂਸਿਸ ਇਮਬੈਲੈਂਸਿਸ ਹੈ, ਪਾਵਰ ਇਮਬੈਲੈਂਸਿਸ ਹੈ, ਵਿਚ ਆਰ ਥਰੈਟਨਿੰਗ ਪੀਸ ਐਂਡ ਹੈਪੀਨੈਸ, ਵਟ ਇਜ਼ ਦੀ ਨੈਰੇਟਿਵ ਵਿਚ ਕੈਨ ਸਟੀਅਰ ਅਸ ਕਲੀਅਰ ਆਫ ਦੀਸ ਕਨਫਲਿਕਟਸ? ਦਿਸ ਇਜ਼ ਦੀ ਆਈ ਥਿੰਕ broad subject on which Sindhu civilization as a source of inspiration and a source of solution to the complex situations which world is facing is the subject which we can discuss. Hume sade samne rakha gaya ki sab Sindhu di jehdi sabhyata Indus Valley, ਸਰਸਵਤੀ, ਬਾਕੀ ਰਿਵਰਸ ਜਿਨ੍ਹਾਂ ਦਾ ਐਪੀ ਸੈਂਟਰ ਅਸੀਂ ਹੁਣ ਚੰਡੀਗੜ੍ਹ ਨੂੰ ਤੁਸੀਂ ਕੈਪੀਟਲ ਬਣਾਉਣਾ ਚਾਹੁੰਦੇ, ਉਹਦੀ ਵਿਸ਼ੇਸ਼ਤਾ ਕੀ, ਐਸੀ ਵਿਸ਼ੇਸ਼ਤਾ ਹੈ ਜਿਹੜੀ ਵਰਲਡ ਦੀ ਪ੍ਰੋਬਲਮਸ ਨੂੰ ਟੈਕਲ ਕਰਨ ਦਾ ਰਸਤਾ ਸਾਨੂੰ ਦੱਸ ਸਕੇ? ਮੈਂ ਸ਼ੁਰੂਆਤ ਕਰ ਰਹੀ ਹਾਂ 10 ਅਗਸਤ 1904। ਅਸੀਂ ਜਾਣਦੇ ਹਾਂ ਕਿ ਇੱਥੇ ਪੂਰੇ ਵਰਲਡ 'ਚ, ਪੂਰੇ ਇੰਡੀਆ 'ਚ ਵੀ YMCA ਨਾਮ ਦੀ ਔਰਗਨਾਈਜੇਸ਼ਨ ਹੈ, ਯੰਗ ਮੈਨ ਕ੍ਰਿਸਚਨ ਐਸੋਸੀਏਸ਼ਨ। ਇੱਕ ਸਕੋਲਰ ਸੀ, ਰੈਵੋਲਿਊਸ਼ਨਰੀ ਬਹੁਤ ਵੱਡੇ, ਲਾਲਾ ਹਰਦਿਆਲ, ਜਿਹੜੇ ਪੋਸਟ ਗ੍ਰੈਜੂਏਸ਼ਨ ਵਾਸਤੇ ਲਾਹੌਰ ਗਏ ਸੀ, ਅਤੇ ਉਹਨਾਂ ਨੇ ਇਹ ਤੈਅ ਕੀਤਾ ਕਿ YMCA ਜੇ ਹੋ ਸਕਦਾ, ਯੰਗ ਮੈਨ ਕ੍ਰਿਸਚਨ ਐਸੋਸੀਏਸ਼ਨ, ਯੰਗ ਮੈਨ ਤਾਂ ਸਾਡੇ ਕੋਲ ਵੀ ਹੈ, ਵਾਈ ਨੋਟ ਯੰਗ ਮੈਨ ਇੰਡੀਅਨ ਐਸੋਸੀਏਸ਼ਨ, ਦਾ ਸਟੂਡੈਂਟਸ ਦਾ ਫੋਰਮ ਬਣਾਇਆ ਗਿਆ, ਇਹ ਉਹਨਾਂ ਨੇ ਤੈਅ ਕੀਤਾ ਲਾਹੌਰ ਪੰਜਾਬ ਯੂਨੀਵਰਸਿਟੀ 'ਚ। ਅਤੇ 10 ਅਗਸਤ ਨੂੰ ਉਹਦੀ ਫਸਟ ਮੀਟਿੰਗ ਉਹਨਾਂ ਨੇ ਰੱਖੀ 1904 ਵਿੱਚ। ਉੱਥੇ ਮੁਹੰਮਦ ਇਕਬਾਲ ਜਿਹੜੇ ਬੜੇ ਸਕੋਲਰ ਸੀ, ਅਰੇਬਿਕ 'ਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਸੀ, ਲਾਲਾ ਹਰਦਿਆਲ ਸਾਹਿਬ 7 ਸਾਲ ਵੱਡੇ ਸੀ। ਜਸਟਿਸ ਐਸ ਐਮ ਅਗਰਵਾਲ ਨੇ ਕਿਤਾਬ ਲਿਖੀ, ਮੈਂ ਉਸ ਤੋਂ ਹੀ ਰੈਫਰ ਕਰ ਰਿਹਾ ਇੰਸੀਡੈਂਟ। ਉਹਨਾਂ ਨੇ ਮੁਹੰਮਦ ਇਕਬਾਲ ਨੂੰ ਸਵੇਰੇ 10 ਵਜੇ ਕੋਂਟੈਕਟ ਕੀਤਾ ਕਿ ਅੱਜ ਅਸੀਂ 3 ਵਜੇ ਪੰਜਾਬ ਯੂਨੀਵਰਸਿਟੀ 'ਚ YMIA ਦਾ ਚੈਪਟਰ ਸ਼ੁਰੂ ਕਰ। YMCA ਠੀਕ ਹੈ, ਪਰ ਸਾਡੇ ਜਿਹੜੇ ਥੋਟਸ ਨੇ, ਸਾਡੇ ਸਟੂਡੈਂਟਸ ਦੇ ਸਾਹਮਣੇ ਸਾਡਾ ਜਿਹੜਾ ਨੈਰੇਟਿਵ ਹੈ, ਸਾਡੇ ਥੋਟਸ 'ਤੇ ਐਕਸਚੇਂਜ ਹੋਣਾ ਚਾਹੀਦਾ। ਅਤੇ ਇਕਬਾਲ ਆਲਸੋ ਵਾਜ਼ ਏ ਪੈਟਰਨ ਐਂਡ ਹੀ ਆਲਸੋ ਸ਼ੇਅਰ ਦੀ ਸੇਮ ਥੋਟ ਐਂਡ ਹੀ ਵਾਜ਼ ਏ ਥੋਟ ਲੀਡਰ ਫੋਰ ਯੰਗ। ਇਕਬਾਲ ਵਾਜ਼ 27, ਲਾਲਾ ਹਰਦਿਆਲ ਵਾਜ਼ 20 ਐਟ ਦੈਟ ਟਾਈਮ। ਇਕਬਾਲ ਨੇ ਕਿਹਾ ਮੈਨੂੰ ਪਹਿਲਾਂ ਦੱਸਣਾ ਚਾਹੀਦਾ ਸੀ, ਤੁਸੀਂ ਹੁਣ ਸਵੇਰੇ ਮੈਨੂੰ ਦੱਸ ਰਹੇ ਹੋ 3 ਵਜੇ ਤੁਹਾਡਾ ਪ੍ਰੋਗਰਾਮ ਹੈ, 10 ਵਜੇ ਇੰਨਾ ਇੰਪੋਰਟੈਂਟ ਫੰਕਸ਼ਨ 'ਚ ਤਾਂ ਮੈਂ ਕੁਛ ਥੋਟ ਕੰਟਰੀਬਿਊਟ ਕਰਨਾ ਚਾਹੁੰਦਾ ਸੀ। ਲਾਲਾ ਹਰਦਿਆਲ ਨੇ ਕਿਹਾ ਕੋਈ ਗੱਲ ਨਹੀਂ, ਅਸੀਂ 3 ਵਜੇ ਦੀ ਬਜਾਏ ਥੋੜ੍ਹਾ ਜਿਹਾ ਲੇਟ ਕਰ ਦਾਂਗੇ, ਤੁਸੀਂ ਸੋਚ ਲਓ, ਸੋਚ ਕੇ ਆਓ ਅਤੇ ਕੁਛ ਕੰਟਰੀਬਿਊਟ ਕਰੋ। ਜਿੰਨੇ ਵੀ ਉੱਥੇ ਆਏ ਸੀ ਲੀਡਰ, ਉਹਨਾਂ ਨੇ ਬੜੇ ਥੋਟਸ ਕੰਟਰੀਬਿਊਟ ਕੀਤੇ। ਅਲਟੀਮੇਟਲੀ ਪ੍ਰੋਗਰਾਮ ਲਾਲਾ ਹਰਦਿਆਲ ਆਪਣੇ ਕਮਰੇ 'ਚ, ਸੋਰੀ, ਮੁਹੰਮਦ ਇਕਬਾਲ ਆਪਣੇ ਕਮਰੇ 'ਚ ਬੰਦ ਹੋ ਕੇ ਕੁਛ ਲਿਖ ਰਹੇ ਸੀ, ਸੋਚ ਰਹੇ ਸੀ,
ਉਹਨਾਂ ਨੇ ਡਿਸਟਰਬ ਨਹੀਂ ਕੀਤਾ। ਉਹ ਜਦੋਂ 7 ਵਜੇ ਆਏ, 7 ਵਜੇ ਤੱਕ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਪ੍ਰੋਗਰਾਮ 7 ਵਜੇ ਸ਼ੁਰੂ ਹੋਇਆ। ਅਤੇ ਜਦ ਮੁਹੰਮਦ ਇਕਬਾਲ ਆਏ, ਉਹਨਾਂ ਨੇ ਆਪਣੀ ਇੱਕ ਪੋਇਮ ਪੇਸ਼ ਕੀਤੀ, ਸੌਂਗ ਜਿਹੜਾ ਇਮੋਰਟਲ ਹੋ ਗਿਆ ਹੈ। ਉਸ 10 ਅਗਸਤ 1904 ਨੂੰ ਉਹ ਸੌਂਗ ਉਹਨਾਂ ਨੇ ਲਿਖਿਆ, ਉਸੇ ਦਿਨ ਕੰਪੋਜ਼ ਕੀਤਾ ਅਤੇ ਉਸ ਈਵੈਂਟ ਵਾਸਤੇ ਕੰਪੋਜ਼ ਕਰਕੇ ਉੱਥੇ ਉਹਨਾਂ ਨੇ ਸੁਣਾਇਆ। ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ, ਯੂਨਾਨ ਮਿਸ਼ਰ ਰੋਮਾ ਸਭ ਮਿਟ ਗਏ ਜਹਾਂ ਸੇ, ਬਟ ਵੀ ਹੈਵ ਸਮ ਸਪੈਸ਼ਲ ਥੋਟ ਸਿਸਟਮ, ਵਟ ਇਜ ਦੈਟ? ਸੋ ਦਿਸ ਵਾਜ ਪਬਲਿਸ਼ ਇਨ ਦੀ ਪੰਜਾਬ ਯੂਨੀਵਰਸਿਟੀ ਜਰਨਲ, ਫਸਟ ਜਰਨਲ ਆਫ YMIA, Young Men Indian Association, dated 16th of August 1904. And that song we are singing till date. But that was posing a question and making an observation, yes, there is something unique. And that unique is different from everyone else. We stand separate, we stand alone. There are various stories, Devrinder Garg ji ne Mahabharat di vi gal kiti hai, Ramayan di vi gal kiti hai, Gita di vi gal kiti hai. Bade bade granth hai, tusi sare scholar ho, main ek ek do do line inna gallan to lena chahunda to make my point, what is that unique? There is no history in the world, no parallel event in the world, the event which we have in Ramayana. The person who is going to be coronated as a king is asked to go to exile and he readily accepts it. What is that thought system behind it? And then his brother comes running. The person who is going to be beneficiary, he comes running, goes behind. No, don't go to exile, you rule, you have a right, you have a duty. And both the brothers are fighting, no, you rule. There are historical events, one is killing the other to take over. Even today in political field, you are willing to do anything to capture power. But here is an incident where you are saying, I am not interested in power, I will serve. So what is the thought system? There is a story in Mahabharat. As you know, Mahabharat is full of stories because giving instances, that is the way the narrative is built in Mahabharat. If you ask somebody, and then even in Gita, it is in dialogue form. So Mahabharat, all stories are in dialogue forms. There is a story of Ranti Dev, which is a very, very significant story. And the language used in the story, in the conclusion, which I will read, the story is only this much, that there was an ex-ruler whose name was Ramdidi, considered to be the best ruler. Everyone was jealous and wanted to know why he is, what is the uniqueness of his administration, which makes him stand alone. So, Lord Indra to test him,
gave heavy rains, destroyed everything, destroyed the agriculture, destroyed the industry, destroyed the administration, heavy tax, everything. So, to observe as to how he handles the situation, he tried to handle it by making all sacrifices, by first protecting the weakest, if he could not, then the next weakest, etc. In the best possible manner, but ultimately he failed and he died. And then Lord Vishnu comes to the rescue, restores him to life, restores his administration, and then asks him, what is it that you want? You are free to ask for anything. Now this is important, the answer is important. He says, I don't want anything. I don't want to rule. I don't want moksha. All that I want, if you can give me, is opportunity to serve the poorest. Now this is the important thought in the mind of a ruler, which can make a change in the administration or in social development or in economic policy. If this is the thought system in the ruler's mind, like Ram Rajya, like Ramdev, you can have an administration. The answer, the classic words which are used are important. Na tu aham kamye rajyam, na swargam na punarbhava. I don't want kingdom, I don't want heavens, I don't want to be born again. Kamye dukh tapta nam prani nam arthanash. My desire is to get an opportunity to serve the poorest and the most suffering. I was in Orissa, a similar interesting story I saw personally. There is a famous saint of Orissa. You can find on Google all the details. I'm not taking more time. His name is Bhima Bhoi. He was in 15th century. He was a Dalit. He was ugly looking, born in a very poor family, and after 3 or 4 years of his birth, his father died. When he was 5 years old, his mother remarried and abandoned the child. The child became beggar. There can't be more difficulties for any human being than which he faced. So, ultimately, while begging, he went to ashram, he took shelter in the ashram. And then he was born blind. That's another handicap. So he didn't have eyesight. So he started composing poetry and giving lectures, sermons, and became so popular that there will be very, very huge crowds to listen to him. His literature today, his photograph is in Indian Parliament and also in UN. His literature has been translated into all languages of the world. The famous sentence in his literature, which you will find, is, condemn my soul to hell, redeem the sufferings of the poor. Mujhe narak mein bhej dijiye, lekin dukhi atmaon ko dukhi logon ki sahayata kariye.
So this is the approach, the human approach or dharm-centric approach as we call it, righteousness-centric approach. This is something which is missing. How to create it? You can create wealth. You can have capitalism, socialism theories. But what are these theories? Capitalism is that generate maximum wealth. And then if you have wealth, wealth is power. Earlier, they said muscle is power, then wealth is power. Socialism, they say the entire resources should belong to the state because there will always be haves and have-nots and there will always be struggle. So they don't provide you any harmony and peace. All philosophies of the world. So this is the eunuch philosophy of Sapt-Sindhu, which provides you a thought system, a different thought system. And what is that thought system? Is that everyone's happiness, needy person be looked after first, has first priority in the administration. So we had, as you mentioned, first. So that's all right. There are people hanged, there are people who are killed, etc. What is important is the philosophy or the thought system which he propagated. What has inspired me, I will take liberty to take a minute and read out what he said on the eve of being hanged. At that time. And he said, these are the finest words ever made in the name of patriotism. So this is the thought systems which have ultimately made Sapt-Sindhu thought systems unique in the world. I just want to refer to what foreigners have said about this thought system, about the. There was a recent article. The researchers are clashing with one another, but now it's by and large established that there are very credible links to establish that Saraswati is a sacred river which was in existence and perhaps now it's gupta or subsoil. We all know that Oppenheim was the first one who described the origin of Saraswati, and he was vehemently opposed and criticized by David Cunningham, and later on supported by many other scholars of the day like Max Muller and others. And now the recent geological discoveries have established that this river was there. Some people are confusing this with some of the rivers, small rivulets, which originated in the Shivaliks and not in the Himalayas, and served as tributaries of Ghaggar or Saraswati or Chandok, etc. And ultimately flowing into the Arabian Sea. So
I will confine myself to this geographical limit, and I'll refer to outside areas only to the extent of the people living within this geographical limit had an interaction with them. Now, talking, my task, the task that has been assigned to me by the organizer is only to confine myself to the society, the evolution of the society in the Saptasindhu region. That's all. Not the economics, not any other thing. So I'll try to confine myself only to that. When we start looking at the origins of civilization in this area, first of all, we look at the pre-Harappan days, pre-Harappan times, where the challenge is that there's lack of historical sources. It's like huge quantity of chaff and we have to find a needle out of it. There could be local nomadic, tribal, multiple languages of Indo-Iranian origin, which were the precursors of Indo-European languages of the Harappan times or later Harappan times, like Prakrit, etc., which were the mother of our languages like Sanskrit and so on. We don't know much about the pre-Harappan times. ਪਰ ਬੜੀ ਖੁਸ਼ਕਿਸਮਤੀ ਇਹ ਹੈ ਕਿ ਜਦੋਂ ਅਸੀਂ ਹਰਪਨ ਸਿਵਲਾਈਜੇਸ਼ਨ 'ਤੇ ਆਉਂਦੇ ਹਾਂ ਅਤੇ ਜਦੋਂ 19th century ਦੇ ਵਿੱਚ 18th century ਜਾਂ 19th century ਐਗਜੈਕਟ ਡੇਟ ਆਈ ਥਿੰਕ 1863 ਔਰ ਸਮਥਿੰਗ, ਉਸ ਵੇਲੇ ਦੀ ਅੰਗਰੇਜ਼ ਹਕੂਮਤ ਨੇ ਲਾਹੌਰ ਤੋਂ ਕਰਾਚੀ ਤੱਕ ਰੇਲਵੇ ਲਾਈਨ ਬਣਾਉਣੀ ਸੀ ਤਾਂ ਉਹਨਾਂ ਨੇ ਖੁਦਾਈ ਸ਼ੁਰੂ ਕੀਤੀ ਅਤੇ ਉਹਨਾਂ ਨੂੰ ਕੁਛ ਆਰਕੀਓਲੋਜੀਕਲ ਰਿਮੇਨਸ ਮਿਲੇ, ਭਖੀਆਂ ਹੋਈਆਂ ਬੇਕ ਬ੍ਰਿਕਸ ਮਿਲੀਆਂ ਜਿਹੜੀਆਂ ਉਹਨਾਂ ਨੇ ਥੋੜ੍ਹੀਆਂ ਤਾਂ ਟਰੈਕ 'ਤੇ ਯੂਜ਼ ਕਰ ਲਈਆਂ, ਥੋੜ੍ਹੀਆਂ ਬਾਰੇ ਗਵਰਨਮੈਂਟ ਨੂੰ ਇਨਫੋਰਮ ਕਰਤਾ। ਉਸ ਤੋਂ ਬਾਅਦ ਇਹ ਚੱਲਦਾ ਰਿਹਾ ਅਤੇ ਦੈਨ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਬਹੁਤ ਹੀ ਅੱਛਾ ਕੰਮ ਕਰਦੇ ਹੋਏ ਆਲਮੋਸਟ ਹੁਣ 1900 ਦੇ ਗਰੀਬ ਸਾਈਟਸ 'ਤੇ 1900 ਤੋਂ ਵੱਧ ਹੋ ਗਈਆਂ ਐਕਸਕਵੇਸ਼ਨ ਕੀਤੀ, ਔਰ ਐਕਸਕਵੇਸ਼ਨ ਕੀਤੀ ਉਹਨਾਂ 'ਚੋਂ ਅੱਜ ਕੱਲ੍ਹ 900 ਦੇ ਕਰੀਬ ਪਾਕਿਸਤਾਨ 'ਚ ਸਾਈਟਸ, ਬਾਕੀ ਇੱਥੇ ਆ। ਬਹੁਤ ਵੈਲਿਊਏਬਲ ਸਾਨੂੰ ਉਹਦੇ 'ਚੋਂ ਕਲੂਸ ਮਿਲੇ ਅਬਾਊਟ ਵਾਟ ਟਾਈਪ ਆਫ ਸੋਸਾਇਟੀ ਵਾਜ ਦੇਅਰ ਡਿਊਰਿੰਗ ਦ ਹਰਪਨ ਕਲਚਰ। ਹਰਪਨ ਕਲਚਰ 'ਚ ਆਈ ਜਸਟ ਟੱਚ 2-3 ਪੁਆਇੰਟਸ ਬਿਕੋਜ਼ ਦੇਅਰ ਇਜ਼ ਅ ਕੰਸਟਰੇਂਟ ਆਫ ਟਾਈਮ। The first thing was there were planned urban cities, planned roads, big bathing spaces, tanks, very big food grain storage houses, even flushable commodes and sewage disposal drains. This was the level of the societal progress during that civilization.
without elaborating further, I would say that the society was rich. We have evidence of ornaments. We have evidence of terracotta toys. We have evidence of discovery of the same specialized products in Mesopotamia and all over the Western world, not the immediate Western world, indicating that there were sea routes and there were land routes. What is more important is, how did this atmosphere of abundance and fertility affect the societal thinking? The society was rich, comfortable, and almost living in luxury, and there were no traces of any war. There were no traces of any major fire when it came to an end. So what happened was, in the coming days following this, the Punjabi mindset, the Sapta Sindhu mindset, I won't say Punjabi, because I am dealing with seven rivers, not five. The Sapta Sindhu mindset, ਇੱਕ ਡਿਫਰੈਂਟ ਤਰ੍ਹਾਂ ਦਾ ਡਿਵੈਲਪ ਹੋਇਆ। ਜਦੋਂ ਸਾਰਾ ਕੁਛ ਦਾਣੇ ਭਰੇ ਹੋਣ, ਅਮੀਰ ਆਦਮੀ ਹੋਵੇ, ਕੋਈ ਹੋਰ ਹੋਵੇ, ਉਹਦੀ ਆਊਟਲੁੱਕ ਜਿਹੜੀ ਹੈ ਉਹ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਬਨਿਸਪਤ ਉਸ ਆਦਮੀ ਦੇ ਜਿਹੜਾ ਲਾਈਫ ਦੇ ਵਿੱਚ ਸਟਰਗਲ ਕਰ ਰਿਹਾ ਵਿਦਿਨ ਫੋਰ ਸਰਵਾਈਵਲ, ਜਾਂ ਬਾਹਰੋਂ ਕਿਸੇ ਤਰ੍ਹਾਂ ਦੀ ਸਟਰਗਲ ਹੈ, ਕਮੀ ਹੈ, ਪੇਸ਼ੀ ਹੈ, ਤਕਲੀਫ ਹੈ। ਸੋ ਸਪਤ ਸਿੰਧੂ ਦੇ ਲੋਕ ਇਸ ਤਰ੍ਹਾਂ ਸੋਚਣ ਲੱਗ ਪਏ ਜਿਸ ਤਰ੍ਹਾਂ ਚਾਂਦਨੀ ਰਾਤ ਹੈ, ਔਰ ਉਹਨਾਂ ਦੇ ਵਿੱਚ ਔਰ ਤਾਰਿਆਂ ਦੇ ਵਿੱਚ ਹੋਰ ਕੋਈ ਨਹੀਂ ਹੈ, ਔਰ ਬ੍ਰਹਿਮੰਡ ਨਾਲ ਉਹਨਾਂ ਦਾ ਮਿਲਨ ਹੈ, ਦੇਅਰ ਓਨ ਸੋਲ ਮਰਜਸ ਵਿਦ ਦਾ ਸੋਲ ਆਫ ਦਾ ਯੂਨੀਵਰਸ, ਔਰ ਉਹ ਯੂਨੀਵਰਸ ਦੇ ਵਿੱਚ ਹੈ, ਯੂਨੀਵਰਸ ਉਹਨਾਂ ਦੇ ਵਿੱਚ ਹੈ। ਇੱਕ ਤਰ੍ਹਾਂ ਨਾਲ ਮਜ਼ੇ ਔਰ ਜਿਵੇਂ ਕਹਿੰਦੇ ਆ ਖੁਸ਼ੀਆਂ ਭਰਾ ਮਾਹੌਲ, ਖੇੜਿਆਂ ਭਰਾ ਮਾਹੌਲ ਹੋਣ ਕਰਕੇ ਉੱਥੇ ਅਦਵੈਤ ਫਿਲੋਸਫੀ ਦੀ ਦੋ ਚਾਰ ਮਿੰਟ ਐਕਸਟਰਾ ਬੋਲ ਰਿਹਾ ਹਾਂ, ਉਸ ਕੇ ਲਈ ਚਲਾਵਾਂਗਾ। ਧੰਨਵਾਦ। ਸੰਤੋਸ਼ ਨੇਜਾ ਜੀ, ਜਸਟਿਸ ਅਗਰਵਾਲ, ਜਸਟਿਸ ਜਸਬੀਰ ਸਿੰਘ, ਮੇਰੇ ਵੱਡੇ ਭਰਾ ਮਿਸਟਰ ਸਰਵੇਸ਼ ਕੌਸ਼ਲ, ਧਰਮਪਾਲ ਜੀ, ਸਾਥੀਓ, ਬਹੁਤ ਸਾਰੀਆਂ ਗੱਲਾਂ ਆਪਾਂ ਕਰ ਲਈਆਂ। ਮੈਂ ਸੋਚਿਆ ਵੀ ਮੈਂ ਸਿਰਫ ਤੁਹਾਨੂੰ ਇੱਕ ਟੋਟਲ ਓਵਰਵਿਊ ਦੇ ਕੇ ਚੀਜ਼ਾਂ ਦਾ ਤੁਹਾਨੂੰ ਛੱਡ ਦੇਣਾ, ਬਾਕੀ ਜਜਮੈਂਟ ਤੁਹਾਡੀ ਆਪਣੀ ਆਪਣੀ ਹੈ। ਇਹਦੇ ਚੋਂ ਜੋ ਕੁਛ ਨਿਕਲ ਸਕਦਾ ਆਪਾਂ ਦੇਖਣਾ।
ਇੱਥੇ ਸਿੰਗਲ ਸਲਾਈਡ ਤੇ ਮੈਂ ਸਾਰੀਆਂ ਸੰਤਾਵਾਂ ਜਿਹੜੀਆਂ ਵਰਲਡ ਦੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਫ ਯੂ ਲੁੱਕ ਐਟ ਦਿਸ ਗ੍ਰੀਨ ਵਨ, ਗ੍ਰੀਨ ਜਿਹੜੀ ਹੈ ਉਹ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਤੇ ਕਿਸ ਕਿਸ ਪੀਰੀਅਡ ਦੇ ਵਿੱਚ ਇਹ ਸਿਵਲਾਈਜੇਸ਼ਨ ਕਿਸ ਤਰ੍ਹਾਂ ਹੁਣ ਜੇ ਮੈਂ ਇਸ ਸਿਵਲਾਈਜੇਸ਼ਨ ਨੂੰ ਐਕਸਪੈਂਡ ਕਰਾਂ, ਫਰਦਰ ਐਕਸਪੈਂਡ ਕਰਾਂ ਮਾਈਨਸ 4000 ਈਅਰਸ ਤੋਂ ਲੈ ਕੇ ਅੱਜ ਤੱਕ ਡਿਫਰੈਂਟ ਪੀਰੀਅਡਸ ਦੇ ਵਿੱਚ, ਜੇ ਤੁਸੀਂ ਦੇਖੋਗੇ ਇੱਥੇ ਮੁਸਲਿਮ ਪੀਰੀਅਡ ਬਹੁਤ ਥੋੜ੍ਹਾ ਰਿਹਾ ਹੈ। ਦਿੱਲੀ ਸਲਤਨਤ, ਬੰਗਾਲ ਸਲਤਨਤ, ਮੁਗਲ ਅੰਪਾਇਰ, ਇਹ ਅੰਗਰੇਜ਼ਾਂ ਦਾ ਬ੍ਰਿਟਿਸ਼ ਰਾਜ, ਐਡੇ ਵੱਡੇ ਕਾਲਖੰਡ ਦੇ ਵਿੱਚ ਅਸੀਂ ਹਾਲੇ ਤੱਕ ਆ ਜਿਹੜਾ ਗ੍ਰੀਨ ਏਰੀਆ ਸੀ ਇੱਥੇ ਫਸੇ ਹੋਏ ਹਾਂ। ਰੈੱਡ ਡੋਟ ਛੋਟਾ ਜਿਹਾ ਸਾਡੇ ਕਲਚਰ ਦੇ ਵਿੱਚ ਆ ਕੇ ਐਸਾ ਬਣ ਗਿਆ, ਅਸੀਂ ਐਸੇ ਜ਼ਬਰਦਸਤ ਆਪਣੇ ਆਪ ਨੂੰ ਉਹਦੇ 'ਚ ਇੰਪੈਕਟਡ ਫੀਲ ਕਰ ਰਹੇ। ਉਸ ਤੋਂ ਨਵੀਂ ਸਾਰੀ ਸਭਿਅਤਾ ਖਤਮ ਕਰ ਦਿੱਤੀ, ਸਾਨੂੰ ਉਸ ਚੀਜ਼ ਨੂੰ ਵਾਪਸ ਲਿਆਉਣਾ। 2035 ਆ ਰਿਹਾ ਤੇ 2035 ਤੱਕ ਅਸੀਂ 1835 ਦਾ ਇਫੈਕਟ ਟੋਟਲੀ ਖਤਮ ਕਰਨਾ। ਇਹਦੇ ਹਿਸਟਰੀ ਦੇ ਉੱਤੇ ਮੈਂ ਨਹੀਂ ਜਾਊਂਗਾ। ਮੋਟੀਆਂ ਮੋਟੀਆਂ ਚੀਜ਼ਾਂ 5000 ਸਾਲ ਪਹਿਲਾਂ 5000 BC ਰਾਤ ਦਾ ਪੀਰੀਅਡ ਹੈ। ਕ੍ਰਿਸ਼ਨ ਜੀ ਆਲਮੋਸਟ 3000 ਸਾਲ BC, ਮਹਾਂਭਾਰਤ ਅਗੇਨ ਸੇਮ ਟਾਈਮ। ਇਹ BC ਦਾ ਪੀਰੀਅਡ 'ਚ ਮੈਂ ਅੱਗੇ ਜਾਣਾ ਹੈ। ਮੈਂ ਦੇਖਦਾ ਹਾਂ ਜੀ ਵੀ ਜਿਹੜੀ ਆਪਣੀ ਸਭਿਅਤਾ ਹੈ ਇਹ ਟਾਈਮ ਲਾਈਨ 'ਤੇ ਕਿੱਥੇ ਕਿਸ ਤਰ੍ਹਾਂ ਕਿੱਦਾਂ ਕੰਪੇਅਰ ਕਰਦੇ ਆ ਇਸ ਵਾਲੀ ਸਿਵਲਾਈਜੇਸ਼ਨ, ਉਹਦੇ ਨਾਲ ਦੀਆਂ ਹੋਰ ਕਿੰਨੀਆਂ ਸਭਿਅਤਾਵਾਂ ਹੈ। ਜੇ ਮੈਂ ਉਹਨਾਂ ਨੂੰ ਇੱਕ ਸਿੰਗਲ ਸਲਾਈਡ 'ਤੇ ਕਰਕੇ ਦੇਖਣਾ ਚਾਹਾਂ, ਜਿਹੜੀਆਂ ਮੇਰੀਆਂ 7 ਨਦੀਆਂ ਅਤੇ 7 ਨਦੀਆਂ ਦੇ ਨਾਲ ਜਿਹੜਾ ਦਾ ਇਲਾਕਾ ਜਿਹੜੀਆਂ ਨਦੀਆਂ ਸੀਚਦੀਆਂ ਇਹ ਕਿੱਥੋਂ ਤੋਂ ਕਿੱਥੇ ਤੱਕ ਦਾ ਫੈਲਾਓ ਹੈ। ਇਹਦੇ ਨਾਲ ਦੀਆਂ ਜਿਹੜੀਆਂ ਹੜੱਪਾ ਦੇ ਨਾਲ ਜਿਹੜੀਆਂ ਸਿਵਲਾਈਜੇਸ਼ਨਸ ਨੇ, 3 ਸਿਵਲਾਈਜੇਸ਼ਨ ਹੋਰ ਨੇ, ਇਜਿਪਟ, ਮੈਸੋਪੋਟਾਮੀਆ, ਇਹ 3 ਬੇਸਿਕ ਸਿਵਲਾਈਜੇਸ਼ਨ ਟ੍ਰੇਡ ਰੂਟਸ ਜਿਹੜੇ ਆ ਤੁਸੀਂ ਦੇਖ ਸਕਦੇ ਹੋ, ਬਾਈ ਸੀ ਵੀ ਹੈ ਅਤੇ ਜ਼ਮੀਨੀ ਰੂਟ ਵੀ ਹੈ, ਦੋਨੋਂ ਰੂਟਸ, ਅਤੇ ਸਾਡੇ ਇਹਨਾਂ ਦੋਨਾਂ ਦੇ ਨਾਲ ਕਨੈਕਸ਼ਨਸ ਰਹੇ ਹੈ। ਮੈਂ ਕਹੂੰਗਾ ਇਸ ਨੂੰ ਆਪ ਹਟਾ ਲਓ ਕਿਉਂਕਿ ਉਹਨਕੋ ਨਹੀਂ ਦਿਖ ਰਿਹਾ, ਜੋ ਪਿੱਛੇ ਆਪ ਉਹਨਕੋ ਨਹੀਂ ਦਿਖ ਰਿਹਾ। ਦਿਸ ਇਜ਼ ਨੋਟ ਇੰਪੋਰਟੈਂਟ, ਲੈਟ ਦੈਮ ਸੀ। ਸੋ ਅਰਲੀ ਹਰਪਨ ਫੇਸ ਦੇ ਉੱਤੇ ਗੱਲ ਹੋਈ, ਸਰਵੇਸ਼ ਕੌਸ਼ਲ ਜੀ ਨੇ ਬੜੀ ਵਿਸਤਾਰ ਪੂਰਵਕ ਇਹ ਤਿੰਨੋਂ ਪੀਰੀਅਡ ਦੇ ਬਾਰੇ ਐਕਸਪਲੇਨ ਕੀਤਾ ਹੈ। ਮੈਂ ਇਹਦੇ ਇਹਨੂੰ ਸਕਿਪ ਕਰਦਾ ਇੰਡਸ ਵੈਲੀ, ਜੇ ਤੁਸੀਂ ਦੇਖੋਗੇ ਜੇ ਜਿਹੜਾ ਮਿਡਲ ਹਰੱਪਣ ਹੈ ਜਿਹੜਾ 2600 ਤੋਂ ਲੈ ਕੇ 1900 BC ਤੱਕ ਦਾ ਜਿਹੜਾ ਪੀਰੀਅਡ ਹੈ, ਇਹ ਪੀਰੀਅਡ ਬਹੁਤ ਇੰਪੋਰਟੈਂਟ ਹੈ ਅਤੇ ਹਾਲੇ ਤੱਕ 1000 ਤੋਂ ਵੱਧ ਸਿਟੀਜ਼ ਜਿਹੜੀਆਂ ਐਕਚੁਅਲੀ ਇਹ ਆਈਡੈਂਟੀਫਾਈਡ ਹੈ, ਇਹ ਜਿਹੜੀਆਂ ਸਿਟੀਜ਼ ਨੇ ਆਲਰੇਡੀ ਆਈਡੈਂਟੀਫਾਈਡ ਹੈ। ਹੁਣ ਇਹੀ ਫਿਗਰ 1900 ਪਹੁੰਚ ਗਿਆ,
ਜਿਹ ਚ 900 ਦੇ ਕਰੀਬ ਪਾਕਿਸਤਾਨ ਚ ਬਾਕੀ ਇੰਡੀਆ ਚ, ਪਰ ਅਸੀਂ ਕਦੀ ਡੋਟਸ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੈਟਲਮੈਂਟਸ ਜਿਹੜੀਆਂ ਇਨਲੈਂਡ ਸੈਟਲਮੈਂਟਸ ਨੇ, ਕੋਸਟਲ ਸੈਟਲਮੈਂਟਸ ਨੇ, ਕੋਸਟਲ ਸੈਟਲਮੈਂਟਸ ਤੇ ਕਦੇ ਗੱਲ ਨਹੀਂ ਹੋਈ। ਸਾਨੂੰ ਜ਼ਰੂਰਤ ਹੈ ਵੀ ਅਸੀਂ ਹਰ ਇੱਕ ਇਲਾਕੇ ਦੇ ਉੱਤੇ ਆਪਣੇ ਹਿਸਟਰੀ ਦੇ ਸਟੂਡੈਂਟ ਨੂੰ ਅਸੀਂ PhD ਕਰਾਈਏ, ਅਸੀਂ ਉਹਨਾਂ ਨੂੰ ਰਿਸਰਚ ਫੈਲੋ ਬਣਾ ਕੇ ਲਗਾਈਏ, ਅਸੀਂ ਇਹ ਗਰੁੱਪਸ ਨੂੰ ਦਈਏ, ਅਸੀਂ ਯੂਨੀਵਰਸਿਟੀਜ਼ ਨੂੰ ਇਹ ਦਈਏ। ਇਹਦੇ 'ਤੇ ਕੰਮ ਕਰਨ ਦੀ ਲੋੜ ਹੈ। ਇਹ ਜਿਹੜੇ ਮਿਸਿੰਗ ਡੋਟਸ ਨੇ ਇਹਨਾਂ ਨੂੰ ਕਨੈਕਟ ਕਰਨ ਦੀ ਲੋੜ ਹੈ। ਫਿਰ ਲੇਟ ਹੜੱਪਣ ਹੈ। ਮੈਂ ਆਊਂਗਾ ਸਿੱਧਾ ਭਾਰਤ ਐਜ਼ ਵਿਸ਼ ਗੁਰੂ। ਇੰਡੀਅਨ ਨੌਲੇਜ ਸਿਸਟਮ ਜਿਹਦੇ 'ਚ ਵਰਲਡ ਦਾ ਆਲਮੋਸਟ ਸਾਰੀਆਂ ਡਿਸਿਪਲਿਨ ਦਾ ਨੌਲੇਜ ਸਮਾਹਿਤ ਹੈ, ਇਹ ਮੈਂ ਫੋਕਸ ਕਰਨਾ ਚਾਹੁੰਦਾ। ਤੇ ਇੰਡੀਅਨ ਕਲਚਰ ਐਂਡ ਫਿਲੋਸਫੀ, ਇਹ ਬੇਸਿਕਲੀ ਜਿਹੜੀ ਸਿੰਧੂ ਘਾਟੀ ਦੀ ਸਭਿਅਤਾ ਹੈ, ਇਹ ਉਸ ਪੀਰੀਅਡ ਦੀ ਗੱਲ ਆਪਾਂ ਕਰ ਰਹੇ ਤਾਂ ਸਭ ਸਿੰਧੂ ਦੀ ਗੱਲ ਕਰ ਰਹੇ ਹਾਂ, ਇਹਦਾ ਮਤਲਬ ਸੀ ਇਹਨਾਂ ਦੀ ਗੱਲ ਕਰ ਰਹੇ। ਸੋ ਇਹ ਜਿਹੜਾ ਸਾਡਾ ਰਿਚ ਲੈਗੇਸੀ ਵਰਲਡ ਹੈਰੀਟੇਜ ਸਾਡੇ ਕੋਲ ਹੈਗਾ, ਦੈਟ ਹੈਜ਼ ਟੂ ਬੀ ਨਰਚਰਡ ਐਂਡ ਪ੍ਰਿਜ਼ਰਵਡ ਫਾਰ ਪੋਸਟੈਰਿਟੀ, ਰਿਸਰਚਡ ਐਂਡ ਐਨਹਾਂਸਡ, ਪੁੱਟ ਟੂ ਅ ਨਿਊ ਯੂਜ਼ ਥਰੂ ਆਰ ਐਜੂਕੇਸ਼ਨ ਸਿਸਟਮ। ਇਹ ਹਾਲੇ ਤੱਕ ਫਾਰਮਲ ਤੌਰ ਤੇ ਸਾਡੀਆਂ ਯੂਨੀਵਰਸਿਟੀਆਂ ਨੇ ਅਡਾਪਟ ਨਹੀਂ ਕੀਤਾ। ਸੋ ਇਹਦੇ 'ਚ ਜੇ ਅਸੀਂ ਦੇਖੀਏ, ਜੇ ਸਾਡਾ ਭਾਰਤੀ ਐਜੂਕੇਸ਼ਨ ਸਿਸਟਮ ਹੈ, ਤਰਕ ਵਿੱਦਿਆ, ਵਾਦ ਵਿੱਦਿਆ, ਸਾਧਾਂਤ, ਸਿਧਾਂਤ, ਉਦਾਹਰਣ, ਹੇਤੂ, ਸਾਧਰਮ, ਵਿਧਰਮ, ਪ੍ਰਤੱਖ, ਅਨੁਮਾਨ, ਪ੍ਰਮਾਣ, ਇਹ ਸਾਰੇ ਜੇ ਅਸੀਂ ਐਜੂਕੇਸ਼ਨ ਟੈਕਨੋਲੋਜੀ ਦੇਖੀਏ, ਜੇ ਅਸੀਂ ਐਜੂਕੇਸ਼ਨ ਦੀ ਸਾਇੰਸ ਨੂੰ ਦੇਖੀਏ, ਆਹੀ ਬੇਸਿਕ ਪ੍ਰਿੰਸੀਪਲ ਹੈ। ਵਰਲਡ ਤੋਂ ਅੱਜ ਤੱਕ ਨਹੀਂ ਚੰਗੀ ਤਰ੍ਹਾਂ ਪਤਾ ਲੱਗੇ, ਅਸੀਂ 5-7 ਹਜ਼ਾਰ ਸਾਲ ਪਹਿਲਾਂ ਤੋਂ ਅਸੀਂ ਇਹਨਾਂ ਚੀਜ਼ਾਂ 'ਤੇ ਕੰਮ ਕਰਦੇ ਪਏ। ਇਸੇ ਤਰ੍ਹਾਂ ਜੇ ਮੈਂ ਨਿਆਂ ਪ੍ਰਮਾਣ ਸ਼ਾਸਤਰ ਉਹਨੂੰ ਐਜ਼ ਵਿਗਿਆਨ ਦੇਖਾਂ, ਜੇ ਮੈਂ ਗਿਆਨ ਨੂੰ ਦੇਖਾਂ ਪ੍ਰਮਾਤ, ਪ੍ਰਮਾਤਰ, ਪ੍ਰਮੇਯ, ਪ੍ਰਮਿਤੀ, ਪ੍ਰਮਾਣ, ਅਗੇਨ ਪ੍ਰਤੱਖ, ਅਨੁਮਾਨ, ਉਪਮਾਨ, ਇਹ ਜਿਹੜੇ ਸ਼ਬਦ ਨੇ ਇਹ ਸਾਡੇ ਬਹੁਤ ਦੇਰ ਪੁਰਾਣੇ ਇਸਤੇਮਾਲ ਹੋ ਰਹੇ, ਅਸੀਂ ਇਹਨਾਂ ਨੂੰ ਭੁੱਲੇ ਬੈਠੇ। ਆਪਣੇ ਵਕਤਾਵਾਂ ਨੇ ਜ਼ਿਕਰ ਕੀਤਾ ਇਹਨਾਂ ਸਾਰਿਆਂ ਦਾ, ਮੁੱਖ ਅਤਿਥੀ ਨੇ ਇਹਨਾਂ ਦੇ ਬਾਰੇ, ਚਰਕਾ, ਸੁਸੂਤਰਾ, ਆਰਿਆਭੱਟਾ, ਇਹਨਾਂ ਸਾਰਿਆਂ ਦੇ ਬਾਰੇ ਜ਼ਿਕਰ ਕੀਤਾ। ਆਪਾਂ ਨੂੰ ਇਹ ਹਰ ਇੱਕ ਦੇ ਉੱਤੇ ਡਿਟੇਲ 'ਚ ਜਾਣਾ ਪੈਣਾ ਹੈ, ਦੇਖਣਾ ਪੈਣਾ ਹੈ ਵੀ ਬੇਸਿਕਲੀ ਇਹਨਾਂ ਸਾਰਿਆਂ ਦਾ ਕੀ ਕੰਟਰੀਬਿਊਸ਼ਨ ਸੀਗਾ, ਉਸ ਕੰਟਰੀਬਿਊਸ਼ਨ ਨੂੰ ਅਸੀਂ ਅੱਜ ਦੇ ਕੰਟੈਕਸਟ 'ਚ ਕਿਵੇਂ ਅਸੀਂ ਅੱਗੇ ਵਧਾ ਸਕਦੇ ਹਾਂ। ਜੇ ਮੈਂ ਵੈਦਿਕ ਲਿਟਰੇਚਰ ਦੀ ਗੱਲ ਕਰਾਂ ਤਾਂ ਸ਼ਰੂਤੀ ਅਤੇ ਸਮ੍ਰਿਤੀ, ਸ਼ਰੂਤੀ 'ਚ ਤੁਹਾਡੇ ਵੇਦ ਆ ਗਏ, ਵੇਦ 'ਚ 4 ਵੇਦ ਆ ਗਏ, ਬ੍ਰਹਮਾਸ ਆ ਗਏ, ਅਰਖਿਆ ਆ ਗਏ, ਉਪਨਿਸ਼ਦ ਆ ਗਏ, ਤੁਹਾਡੇ ਵੇਦਾਂਗ
ਪੁਰਾਣ, ਉਪਵੇਦ, ਐਪਿਕਸ, ਤੰਤਰ, ਧਰਮ ਸ਼ਾਸਤਰ, 14 ਮੇਨ ਵਿਦਿਆਵਾਂ ਜਿਹੜੀਆਂ ਆਪਾਂ ਰਿਕੋਗਨਾਈਜ਼ ਕਰਦੇ ਹਾਂ, ਜਿਹ 'ਚ 4 ਤੁਹਾਡੇ ਵੇਦ ਆ ਗਏ, 6 ਵਿਦਾਂਗ ਆ ਗਏ ਤੇ 4 ਤੁਹਾਡੇ ਉਪਵੇਦ ਆ ਗਏ। ਤੇ ਇਹ 4 ਜਿਹੜੇ ਉਪਵੇਦ ਹੈ, ਆਯੁਰਵੇਦ, ਧਨੁਰਵੇਦ, ਗੰਧਰਵੇਦ ਤੇ ਸਤਿਆਪਤੀ ਵੇਦ, ਜਿਹੜਾ ਆਰਕੀਟੈਕਚਰ ਦਾ ਵੇਦ ਹੈ ਨਾ। ਇਹ ਹੁਣ ਚਾਰਾਂ ਤੋਂ ਜੇ ਮੈਂ ਅੱਗੇ ਜਾਣਾ ਹੈ, ਆਈ ਐਮ ਨੋਟ ਗੋਇੰਗ ਟੂ ਡਿਟੇਲ ਬਿਕੋਜ਼ ਆਫ ਸ਼ੋਰਟੇਜ ਆਫ ਟਾਈਮ। ਕਿਤਾਬਾਂ ਮੈਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੀਆਂ ਆਪਣੇ ਬੱਚਿਆਂ ਨੂੰ ਹਰ ਲਾਇਬ੍ਰੇਰੀ ਦੇ ਵਿੱਚ ਪੜ੍ਹਨ ਦੀ ਲੋੜ ਹੈ, ਕਿ ਸਾਨੂੰ ਲਾਇਬ੍ਰੇਰੀ 'ਚ ਰੱਖਣ ਦੀ ਲੋੜ ਹੈ। ਜਦ ਤੱਕ ਇਹ ਕਿਤਾਬਾਂ ਅਸੀਂ ਬੱਚਿਆਂ ਨੂੰ ਨਹੀਂ ਦਿੰਦੇ, ਉਹਨਾਂ ਨੂੰ ਇਹ ਲੱਗਦਾ ਹੈ ਵੀ ਸ਼ਾਇਦ ਜਿਹੜੀ ਅਸੀਂ ਗੱਲ ਕਰਦੇ ਸੀ ਮੈਂ ਹਵਾ 'ਚ ਗੱਲ ਕਰੀ ਜਾਂਦੇ ਹਾਂ। ਇਹਨਾਂ 'ਚ ਬਹੁਤ ਸਾਰੇ ਪ੍ਰਮਾਣ ਜਿਹੜੇ ਹੈ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਂ ਆਊਂਗਾ ਜਿਹੜੀਆਂ 14 ਵਿਦਿਆਵਾਂ ਤੋਂ ਇਲਾਵਾ 64 ਕਲਾਵਾਂ ਸੀਗੀਆਂ। ਇਹ 64 ਕਲਾਵਾਂ ਕਿਹੜੀਆਂ ਸੀਗੀਆਂ? ਗੀਤ, ਵਾਦ, ਨ੍ਰਿਤ, ਨਾਟ, ਅਲੇਖ, ਆਰਟ ਆਫ ਪੇਂਟਿੰਗ, ਠੀਕ ਹੈ, ਫਿਰ ਆਰਟ ਆਫ ਪੇਂਟਿੰਗ ਫੇਸਿਸ, ਫੇਸ ਦੇ ਉੱਤੇ ਪੇਂਟਿੰਗ ਕਰਦੇ ਹਨ, ਇਹਦੀ ਅਲੱਗ ਆਰਟ ਸੀ। ਆਰਟ ਆਫ ਪ੍ਰਪੇਅਰਿੰਗ ਆਫਰਿੰਗਸ, ਰਾਈਸ ਐਂਡ ਫਲਾਵਰਸ, ਅਸੀਂ ਰੰਗੋਲੀ ਬਣਾਉਂਦੇ ਹਾਂ ਆਪਾਂ, ਮੇਕਿੰਗ ਅ ਕਵਰਿੰਗ ਆਫ ਫਲਾਵਰਸ ਫੋਰ ਦ ਬੈਡ, ਵੀ ਬੈਡ 'ਤੇ ਫਲਾਵਰ ਕਿਵੇਂ ਅਸੀਂ ਵਿਛਾਉਣੇ ਹੈ, ਉਹਦੇ 'ਤੇ ਵੀ ਇੱਕ ਪੂਰੀ ਦੀ ਪੂਰੀ ਕਲਾ ਹੈ, ਠੀਕ ਹੈ। ਇਸੇ ਤਰ੍ਹਾਂ ਆਰਟ ਆਫ ਕੰਪੋਜੀਸ਼ਨ, ਆਫ ਪ੍ਰਪੇਅਰਿੰਗ ਐਂਡ ਰਿਹਰਸਲ ਫੋਰ ਪਿਓਰੀਫਾਇੰਗ ਦੀ ਕਲੋਥਿੰਗ, ਟੀਥ ਐਂਡ ਡਾਇੰਗ ਦੀ ਬੋਡੀ, ਆਰਟ ਆਫ ਮੇਕਿੰਗ ਦੀ ਕਰਾਫਟ, ਆਫ ਕਾਰਵਿੰਗ ਦੀ ਗਰਾਊਂਡ ਵਰਕ ਆਫ ਜੈਮਸ, ਆਰਟ ਆਫ ਕਵਰਿੰਗ ਬੈੱਡ, ਚੱਦਰ ਵਿਛਾਉਣੀ ਕਿੱਦਾਂ, ਕਿਸ ਕਿਸਮ ਦੇ ਨਾਲ ਵਿਛਾਈ ਜਾਣੀ, ਉੱਤੇ ਤੱਕ ਸਾਇੰਸ ਹੈ। ਇਹ ਕੋਈ ਬੜੀ ਐਡਵਾਂਸ ਸੁਸਾਇਟੀ 'ਚ ਜਾ ਕੇ ਇੱਦਾਂ ਦੀਆਂ ਗੱਲਾਂ ਸੋਚੀਆਂ ਜਾ ਸਕਦੀਆਂ। ਪਲੇਇੰਗ ਮਿਊਜ਼ਿਕ ਇਨ ਵਾਟਰ, ਉਹ ਜਿਹੜੀਆਂ ਕਟੋਰੀਆਂ ਰੱਖ ਕੇ ਉਹਨਾਂ 'ਚ ਪਾਣੀ ਭਰ ਕੇ ਅਸੀਂ ਜਿਹੜੀ ਜਲ ਤਰੰਗ ਨੂੰ ਕਹਿੰਦੇ ਹਾਂ, ਇਸੇ ਤਰ੍ਹਾਂ ਆਰਟ ਆਫ ਕੰਟਰੋਲਿੰਗ ਦੀ ਫਲੋ ਆਫ ਵਾਟਰ, ਆਰਟ ਆਫ ਪ੍ਰੈਕਟੀਕਲੀ ਅਪਲਾਈਂਗ ਇਨ ਐਡਮਿਕਸਚਰਸ ਆਫ ਕਲਰਸ, ਠੀਕ ਹੈ, ਰੀਥ ਦਾ ਡਿਜ਼ਾਇਨ ਕਿਵੇਂ ਕਰਨਾ, ਮੁਕਟ ਜਿਹੜੇ ਹੈ ਕੋਰੋਨੇਸ਼ਨ ਦੇ ਜਿਹੜੇ ਹੈੱਡ ਗੇਅਰਸ ਨੇ ਉਹ ਕਿਵੇਂ ਡਿਜ਼ਾਇਨ ਕਰਨੇ। ਸੋ ਹਰ ਕਿਸਮ ਦੀ ਆਰਟ ਸਾਡੇ ਕੋਲ ਸੀਗੀ। ਐਡਰੈਸਿੰਗ, ਡਰੈਸਿੰਗ ਦਾ ਕਿੱਦਾਂ ਕਰਨਾ, ਡੈਕੋਰੇਸ਼ਨ ਕਿਵੇਂ ਕਰਨੀ ਹੈ, ਪ੍ਰੈਕਟੀਕਲ ਐਪਲੀਕੇਸ਼ਨ ਆਫ ਐਰੋਮੈਟਿਕਸ ਕਿਵੇਂ ਕਰਨਾ, ਇਹਦੇ 'ਤੇ ਪੂਰੀ ਆਰਟ ਬਣੀ ਹੋਈ ਹੈ। ਔਰਨਾਮੈਂਟਸ, ਜਗਲਿੰਗ, ਉਹ ਜਿਹੜੀ ਚਾਈਨਾ ਕਰਦਾ ਹੈ, ਬੜੇ ਪਾਪੂਲਰ ਨੇ ਸਾਡੇ 'ਤੇ, ਸਾਡੇ ਕੋਲ ਪੂਰੀ ਆਰਟ ਸੀ। ਓਇੰਟਮੈਂਟਸ ਕਿੱਦਾਂ ਤਿਆਰ ਕਰਨੀ ਹੈ, ਸੋ ਜਾਦੂ ਕਿਵੇਂ ਕਰਨਾ, ਹੱਥ ਦੀ ਸਫਾਈ, ਡਿਲੀਸ਼ੀਅਸ ਫੂਡ, ਇਸੇ ਤਰ੍ਹਾਂ ਜਿਹੜੇ ਤੁਹਾਡੇ ਪ੍ਰਪੇਅਰਿੰਗ ਪੈਲੇਟੇਬਲ ਡਰਿੰਕਸ, ਅੱਜ ਸਾਡਾ ਬੰਦਾ ਜਿਹੜਾ ਸਭ ਤੋਂ ਇੰਪੋਰਟੈਂਟ ਬੰਦਾ ਮੰਨਿਆ ਜਾਂਦਾ ਹੈ,
ਬਾਰਟੈਂਡਰ, ਨੀਡਲ ਵਰਕ, ਆਰਟ ਆਫ ਪਲੇਇੰਗ ਵਿਦ ਥਰੈਡਸ, ਕੱਪੜਾ ਬੁਣਨਾ ਹਰ ਤਰ੍ਹਾਂ ਦਾ, ਫਲੂਟ ਮਿਊਜ਼ਿਕ ਦੇ ਉੱਤੇ, ਠੀਕ ਹੈ, ਰਿਡਲਸ ਬਣਾਉਣੀਆਂ, ਪ੍ਰਹੇਲਿਕਾ, ਦੇਖੋ ਪ੍ਰੈਕਟਿਸਿੰਗ ਲੈਂਗੁਏਜ, ਲੈਂਗੁਏਜ ਡਿਫੀਕਲਟ ਟੂ ਬੀ ਆਨਸਰ ਬਾਈ ਅਦਰਸ, ਲੈਂਗੁਏਜ ਨੂੰ ਅਸੀਂ ਕਿਵੇਂ ਡਿਸਾਈਫਰ ਕਰਨਾ ਹੈ, ਇਹਦੇ ਉੱਤੇ ਪੂਰੀ ਇੱਕ ਕਲਾ 64 ਕਲਾਵਾਂ ਦੇ ਵਿੱਚੋਂ, ਰਿਸਾਈਟਿੰਗ ਬੁੱਕਸ, ਬੱਚਿਆਂ ਨੂੰ ਕਿਤਾਬ ਪੜ੍ਹ ਕੇ ਸੁਣਾਉਣੀ, ਇਹ ਪਹਿਲਾਂ ਇੱਕ ਬਹੁਤ ਵੱਡਾ ਇੱਕ ਨੋਬਲ ਕੌਜ਼ ਹੁੰਦਾ ਸੀ, ਨੋਬਲ ਕੰਮ ਹੁੰਦਾ ਸੀ, ਭੁੱਲ ਗਏ ਅਸੀਂ ਹੁਣ। ਆਈ ਡੋਂਟ ਥਿੰਕ ਸਾਡੇ 'ਚ ਕੋਈ ਹੁਣ ਬੱਚੇ ਨੂੰ ਕਿਤਾਬ ਪੜ੍ਹ ਕੇ ਸਿਖਾਉਂਦਾ, ਕੋਈ ਸੁਣਾਉਂਦਾ ਨਹੀਂ, ਅਸੀਂ ਕਹਿੰਦੇ ਹਾਂ ਬੱਚਾ ਸੁਣਦਾ ਨਹੀਂ, ਨਹੀਂ ਬੱਚਾ ਸੁਣਨਾ ਚਾਹੁੰਦਾ, ਅਸੀਂ ਸੁਣਾਉਂਦੇ ਨਹੀਂ। ਨਿਆਣਾ ਰੋਂਦਾ ਚੁੱਪ ਕਰਕੇ ਹੱਥ 'ਚ ਮੋਬਾਈਲ ਫੜਾ ਦੇ, ਕਾਕਾ ਕੰਮ ਕਰ ਲੈਂਦੇ। ਸੋ ਇਹ ਜਿਹੜੀਆਂ 64 ਆਰਟਸ ਨੇ, ਤੁਸੀਂ ਮੈਟਲਰਜੀ ਦੇਖ ਰਹੇ ਹੋ, ਸਿਲਵਰ ਐਂਡ ਜਵੈਲਸ ਦੇਖ ਰਹੇ ਹੋ, ਆਰਟ ਆਫ ਇੰਜੀਨੀਅਰਿੰਗ ਹੈਗੀ ਇਹਦੇ 'ਚ, ਆਰਟ ਆਫ ਕਾਰਪੇਟਰੀ ਹੈ, ਸਪਿਨਿੰਗ ਹੈ, ਸਪਿੰਡਲਸ ਹੈ, ਇਹ ਸ਼ੀਲਡਸ ਕਿਵੇਂ ਡਿਜ਼ਾਇਨ ਕਰਨੀਆਂ, ਐਰੋਜ਼ ਕਿਵੇਂ ਡਿਜ਼ਾਇਨ ਕਰਨੇ ਆ, ਜਵੈਲਸ ਜਿਹੜੇ ਮੈਟਲਰਜੀ ਦੇ ਉੱਤੇ, ਫਿਰ ਪ੍ਰੈਕਟਿਸਿੰਗ ਮੈਡੀਸਿਨ, ਮੈਡੀਕਲ ਟ੍ਰੀਟਮੈਂਟ ਹਾਊਸ ਦਾ ਕਿਵੇਂ ਕਰਨਾ ਹੈ, ਫਾਈਟਿੰਗ ਆਫ ਲੈਮਸ, ਕੌਕਸ, ਬਰਡਸ, ਇਹ ਲੋਕਾਂ ਦੇ ਬੇਸਿਕਲੀ ਐਂਟਰਟੇਨਮੈਂਟ ਦਾ ਸਾਧਨ ਹੁੰਦਾ ਸੀ, ਇਹਦੇ ਵੀ ਰੂਲਸ ਹੁੰਦੇ ਸੀ, ਇਹਦੇ 'ਤੇ ਕਿਤਾਬਾਂ, ਇਹਦੇ 'ਤੇ ਗ੍ਰੰਥ ਲਿਖੇ ਗਏ, ਇਹਦੇ 'ਤੇ ਸ਼ਰਤਾਂ ਲੱਗਦੀਆਂ ਸੀ। ਇਸੇ ਤਰ੍ਹਾਂ ਅਸੀਂ ਸਾਈਨ ਲੈਂਗੁਏਜ ਦੀ ਗੱਲ ਕਰਦੇ ਹਾਂ, ਹੁਣ ਸਾਈਨ ਲੈਂਗੁਏਜ ਅਸੀਂ ਸੋਚਦੇ ਵੀ ਸ਼ਾਇਦ ਇਹ ਅਮਰੀਕਾ ਨੇ ਬਣਾਈ ਹੈ, ਸਾਡੇ ਤਾਂ ਸਾਈਨ ਲੈਂਗੁਏਜ 8000 ਸਾਲ ਪਹਿਲਾਂ ਸੀ, ਆਰਟ ਆਫ ਟਾਕਿੰਗ ਵਿਦ ਹੈਂਡਸ, ਇਹਦੇ 'ਤੇ ਪੂਰੇ ਗ੍ਰੰਥ ਅਵੇਲੇਬਲ ਹੈ। ਇਹ ਹੁਣ ਸਾਰਾ ਕੰਮ ਇੱਕ ITS ਇੰਡੀਅਨ ਨੌਲੇਜ ਸਿਸਟਮ ਕਰਕੇ ਅਸੀਂ ਇੱਕ ਸੈੱਲ AICT 'ਚ ਬਣਾਇਆ, ਉੱਥੇ ਪ੍ਰੋਫੈਸਰ ਘੰਟੀ ਮੁਕਤੀ ਨੇ, ਉਹਦੇ ਹੈੱਡ ਨੇ, IIT ਇੰਦੌਰ ਦੇ ਪ੍ਰੋਫੈਸਰ ਹੈ, ਪ੍ਰੋਫੈਸਰ ਨੇ ਉਹ ਬਾਇਓਟੈਕਨੋਲੋਜੀ ਦੇ ਇੰਟਰਸਟ ਕਰਕੇ ਇੱਧਰ ਕੰਮ ਕਰ ਰਹੇ ਹੈ, ਉਹਨਾਂ ਦੇ ਨਾਲ ਲੱਗ ਕੇ ਅਸੀਂ ਹੁਣ ਸਾਰੀਆਂ ITs ਨੂੰ ਇਹ ਕੰਮ ਵੰਡਿਆ, ਸਾਰੇ ਇੰਜੀਨੀਅਰਿੰਗ ਕਾਲਜਿਸ ਨੂੰ ਕੰਮ ਵੰਡਿਆ ਵੀ ਕਿੱਦਾਂ ਅਸੀਂ ਇਹ ਕਰ ਸਕਦੇ ਹਾਂ, ਸ਼ਰਾਈਨ ਕਿਵੇਂ ਡਿਜ਼ਾਇਨ ਕਰਨਾ। ਆ ਤੁਸੀਂ ਦੇਖ ਲਓ ਰਾਮ ਮੰਦਿਰ, ਤੁਹਾਡਾ ਕ੍ਰੋਸ ਸੈਕਸ਼ਨ ਕੱਟ ਕੇ ਦੇਖ ਲਓ, ਇਹਦੀ ਪਿਕਚਰ ਹੈ, ਇਹ ਪੁਰਾਣੀ ਪਿਕਚਰ ਹੈ ਜਿਹੜੀ ਮੈਂ ਲੱਭ ਕੇ ਲਿਆਇਆ ਇੰਟਰਨੈਟ ਤੋਂ, ਇਹ ਪ੍ਰੈਜੈਂਟੇਸ਼ਨ ਵੀ ਉਸ ਤੋਂ ਪਹਿਲਾਂ ਦੀ ਬਣੀ ਹੋਈ। ਆਰਟ ਆਫ ਗੇਨਿੰਗ ਵਿਕਟਰੀ, ਇਨਫੋਰਸਿੰਗ ਡਿਸਿਪਲਿਨ, ਅਵੇਕਨਿੰਗ ਮਾਸਟਰਸ ਵਿਦ ਮਿਊਜ਼ਿਕ ਐਟ ਡਾਊਨ, ਮਿਨਰਲੋਜੀ, ਹਰ ਤਰ੍ਹਾਂ ਦੇ ਮਿਨਰਲਸ ਉੱਤੇ, ਆਰਟ ਆਫ ਪਲੇਇੰਗ ਵਿਦ ਡਾਈਸ, ਸ਼ਕੁਨੀ ਮਾਸਟਰ ਸੀ ਇਹਦੇ 'ਚ, ਯੂਜ਼ਿੰਗ ਚਿਲਡਰਨਸ ਟੋਇਸ, ਨੋਇੰਗ ਸਪੈਸੀਫਿਕ ਗੈਮਲਿੰਗ, ਕੰਸੀਲਮੈਂਟ ਆਫ ਕਲੋਥਸ। ਸੋ ਇਹ ਜਿਹੜੀਆਂ 64 ਕਲਾਵਾਂ ਹੈਗੀਆਂ, ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਕਲਾਵਾਂ ਹੈਗੀਆਂ।
ਹੁਣ ਮੈਂ ਲਾਸਟ ਚੀਜ਼ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨੀ ਚਾਹੁੰਦਾ ਹੈ ਵੀ ਇੱਥੋਂ ਲਰਨਿੰਗ ਕੀ ਆਪਾਂ ਲੈ ਸਕਦੇ ਹਾਂ। ਇਹ ਜਿਹੜੀ ਪ੍ਰੈਜੈਂਟੇਸ਼ਨ ਹੈ ਇਹ ਮੇਰੇ ਕੋਲੋਂ ਸਿਰਫ 1/4 ਦਿਖਾਈ ਹੈ। ਇਹਦੇ 'ਚ ਮੇਰੇ ਕੋਲ ਕੀ ਐਗਰੀਕਲਚਰ ਸੀਗਾ, ਐਗਰੀਕਲਚਰ ਦੇ ਵਿਦ ਐਵੀਡੈਂਸਿਸ, ਕਿਸ ਕਿਵੇਂ ਇਰੀਗੇਸ਼ਨ ਹੁੰਦਾ ਸੀ, ਕਿਵੇਂ ਪੋਟਰੀ ਬਣਦੀ ਸੀ, ਐਵਰੀਥਿੰਗ ਇਜ਼ ਹੀਅਰ ਵਿਦ ਐਵੀਡੈਂਸਿਸ ਵਿਦ ਫੋਟੋਗ੍ਰਾਫਸ, ਉਹ ਸਾਰਾ ਇਕੱਠਾ ਕੀਤਾ ਹੋਇਆ। ਪਰ ਇੰਨਾ ਟਾਈਮ ਨਹੀਂ ਹੈ, ਨੈਕਸਟ ਸੈਸ਼ਨ ਡਿਊ ਹੈ। ਸੋ ਤੁਹਾਡੇ ਵਾਸਤੇ ਜਿਹੜਾ ਟੇਕ ਹੋਮ ਵਿੱਚ ਹੈਗਾ ਲਰਨਿੰਗ ਫਰੋਮ ਐਂਸ਼ੀਅੰਟ ਭਾਰਤ ਕੀ ਹੈ, ਐਜੂਕੇਸ਼ਨ ਮੋਡਿਊਲਸ ਟੂ ਪ੍ਰਿਪੇਅਰ ਫੋਰ ਦੀ ਰੀਅਲ ਵਰਲਡ। ਸਾਡੇ ਜਿੰਨੇ ਲੈਸਨਸ ਹੁੰਦੇ ਸੀਗੇ ਉਹਦੇ 'ਚ ਅੱਜ ਅਸੀਂ ਕਹਿੰਦੇ ਹਾਂ ਵੀ ਆਇਲ, ਅਸੀਂ ਕਹਿੰਦੇ ਹਾਂ ਹਾਰਵਰਡ, ਕੀ ਖਾਸੀਅਤ ਹੈ? ਖਾਸੀਅਤ ਇਹ ਹੈ ਵੀ ਉਹ ਰੀਅਲ ਟਾਈਮ ਕੇ ਸਟੱਡੀਜ਼ ਕਰਾਉਂਦੇ ਹੈ। ਅਸੀਂ ਰੀਅਲ ਟਾਈਮ ਕੇ ਸਟੱਡੀਜ਼ ਕਰਾਉਂਦੇ ਸੀ, ਅਸੀਂ ਭੁੱਲ ਗਏ ਹਾਂ, ਸਾਨੂੰ ਉਹਨੂੰ ਵਾਪਸ ਲਿਆਉਣਾ ਪੈਣਾ। ਫਿਰ ਸੈਕੰਡ ਹੈ ਕੋਲੈਬੋਰੇਟਿਵ ਲਰਨਿੰਗ ਇਨਵਾਇਰਮੈਂਟ ਅਸੀਂ ਦੇਣਾ ਬੱਚਿਆਂ ਨੂੰ। ਗੁਰੂਕੁਲ ਹੁੰਦਾ ਸੀ, ਹਰ ਕਿਸਮ ਦਾ ਬੱਚਾ ਗੁਰੂਕੁਲ 'ਚ ਆ ਕੇ ਬਹਿੰਦਾ ਸੀ। ਸੇਮ ਕਲਾਸ 'ਚ ਡਿਫਰੈਂਟ ਸਪੀਡ ਦੇ ਦੋ ਲਰਨਰ ਨੇ, ਇੱਕ ਦੂਜੀ ਕਲਾਸ ਦਾ, ਇੱਕ ਤੀਜੀ ਦਾ, ਇੱਕ ਚੌਥੀ ਦਾ, ਇੱਕ ਦੂਜੇ ਦੀ ਮਦਦ ਕਰਦੇ ਸੀ। ਸੋ ਕੋਲੈਬੋਰੇਟਿਵ ਲਰਨਿੰਗ ਇਨਵਾਇਰਮੈਂਟ ਜਿਹੜਾ ਹੈ, ਕੋਲੈਬੋਰੇਸ਼ਨ, ਡਿਸਕਸ਼ਨ, ਕਮਿਊਨਿਟੀ, ਬ੍ਰੇਨ ਸਟਾਰਮਿੰਗ, ਇੰਟਰੈਕਸ਼ਨ, ਸ਼ੇਅਰਿੰਗ ਆਫ ਆਈਡੀਆਜ਼, ਦਿਸ ਇਜ਼ ਪਾਰਟ ਆਫ ਗੁਰੂਕੁਲ ਸਟੱਡੀਜ਼। ਇਸੇ ਤਰ੍ਹਾਂ ਵੈਲਿਊਜ਼ ਐਟ ਦੀ ਕੋਰ ਆਫ ਟੀਚਿੰਗ, ਵੈਲਿਊਜ਼ ਜਿਹੜੀਆਂ ਅਸੀਂ ਕਰਦੇ ਸੀ, ਕਰੇਜ, ਓਨੈਸਟੀ, ਐਮਪਥੀ, ਕਾਈਂਡਨੈਸ, ਸੈਲਫ ਵਰਥ, ਪੋਜ਼ਿਟਿਵਿਟੀ ਐਂਡ ਗ੍ਰੈਟੀਟਿਊਡ, ਰਿਸਪੋਂਸਿਬਿਲਿਟੀ, ਪੇਸ਼ੈਂਸ ਐਂਡ ਪਰਸੀਵਰੈਂਸ, ਕਿਰੋਸਿਟੀ ਐਂਡ ਰਿਸਪੈਕਟ। ਸੋ ਇਹ ਯੂਨੀਵਰਸਲ ਵੈਲਿਊਜ਼ ਨੇ, ਇਹਨਾਂ ਦਾ ਕਿਸੇ ਧਰਮ ਨਾਲ ਕੋਈ ਮਤਲਬ ਨਹੀਂ, ਕਿਸੇ ਕੰਟਰੀ ਨਾਲ ਕੋਈ ਮਤਲਬ ਨਹੀਂ, ਕਿਸੇ ਕਾਲਖੰਡ ਨਾਲ ਕੋਈ ਮਤਲਬ ਨਹੀਂ। ਇਸੇ ਤਰ੍ਹਾਂ ਸਟੂਡੈਂਟ ਸੈਂਟ੍ਰਿਕ ਅਪਰੋਚ, ਸਟੂਡੈਂਟ ਨੂੰ ਸੈਂਟਰ 'ਤੇ ਰੱਖਦੇ ਸੀ, ਅਤੇ ਜਿਹੜੀ ਟੀਚਿੰਗ ਹੈ ਨੋਨ ਲੀਨੀਅਰ, ਨੋਨ ਲੀਨੀਅਰ ਮਤਲਬ ਹੈ ਹਰ ਸਟੂਡੈਂਟ ਦੀ ਸਪੀਡ ਡਿਫਰੈਂਟ ਹੈ, ਅਤੇ ਸਟੂਡੈਂਟ ਮਸਟ ਬੀ ਅਲਾਊਡ ਟੂ ਇੰਗੇਜ ਐਟ ਦੇਅਰ ਓਨ ਪੇਸ ਵਿਦਆਊਟ ਹੈਵਿੰਗ ਟੂ ਐਕਟ ਵਿਦਇਨ ਦੀ ਕਨਫਾਈਨਸ ਆਫ ਫਿਕਸਡ ਕਰੀਕੁਲਮ। ਫਿਰ ਇਸੇ ਤਰ੍ਹਾਂ ਇਵੈਲੂਏਸ਼ਨ ਸਿਸਟਮ ਜਿਹੜਾ ਸੀ ਸਾਡਾ, ਬਹੁਤ ਅਲੱਗ ਕਿਸਮ ਦਾ ਸੀ, ਕੰਪੀਟੈਂਸੀ ਬੇਸਡ ਐਜੂਕੇਸ਼ਨ ਸਿਸਟਮ ਸੀਗਾ, ਕ੍ਰਿਟੀਕਲ ਥਿੰਕਿੰਗ, ਪਰਸਨਲਾਈਜ਼ ਲਰਨਿੰਗ, ਇਟ ਵਾਸ ਕੋਸਟ ਇਫੈਕਟਿਵ, ਇੰਪਰੂਵ ਕੰਪਲਾਇੰਸਿਸ, ਸਟੂਡੈਂਟ ਸਕਸੈਸ, ਕਸਟਮਾਈਜ਼ ਕਰਿਕੁਲਮ ਬੱਚਿਆਂ ਵਾਸਤੇ ਬਣਾਇਆ ਜਾਂਦਾ ਸੀਗਾ, ਰਾਜੇ ਦੇ ਬੱਚਿਆਂ ਵਾਸਤੇ ਬਣਾਇਆ ਜਾਂਦਾ ਸੀਗਾ, ਰੀਅਲ ਵਰਲਡ ਜਿਹੜੀਆਂ ਜੋਬ ਸਕਿੱਲਸ ਨਾਲ ਮਿਲਦੀਆਂ ਸੀ, ਅਤੇ ਰੀਅਲ ਵਰਲਡ ਸਿਚੁਏਸ਼ਨ ਤੁਸੀਂ ਦੇਖਿਆ ਹੋਏਗਾ, ਗੁਰੂ ਜਿਹੜੇ ਚੇਲਿਆਂ ਨੂੰ ਆਪਣੇ ਟੈਸਟ ਕਰਦਾ ਸੀ ਉਹ ਹਮੇਸ਼ਾ ਰੀਅਲ ਵਰਲਡ ਪ੍ਰੋਬਲਮ ਦੇ ਕੇ ਭੇਜਦਾ ਸੀ, ਵੀ ਕੁਛ ਨਾ ਕੁਛ ਐਸਾ ਕਰਨ ਨੂੰ ਕਹਿੰਦਾ ਸੀ ਵੀ ਲਿਆਓ ਜੀ ਇਹ ਕਰਕੇ ਲਿਆਓ, ਲੈਟਸ ਸੀ ਵੈਦਰ ਯੂ ਨੋ ਇਟ ਔਰ ਨਾਟ, ਯੂ ਆਰ ਏਬਲ ਟੂ ਡੂ ਇਟ ਔਰ ਨਾਟ। ਸੋ ਵਿਦ ਦਿਸ ਆਈ ਵੁੱਡ ਲਾਈਕ ਟੂ ਐਂਡ ਹੇਅਰ, ਨੋ ਦਿਸ ਇਜ਼ ਲੌਂਗ ਪ੍ਰੈਜੈਂਟੇਸ਼ਨ, ਬਟ ਮੈਂ ਇਸ ਤੋਂ ਅੱਗੇ ਨਹੀਂ ਜਾਣਾ ਚਾਹੁੰਦਾ। ਮੈਂ ਬਹੁਤ ਧੰਨਵਾਦੀ ਹੈ ਕਿ ਗਰਗ ਸਾਹਿਬ ਨੇ, ਅਸੀਂ ਪਿਛਲੇ ਪੰਜ ਸਾਲ ਤੋਂ ਅਸੀਂ ਲੱਗੇ ਹੋਏ ਹਾਂ ਵੀ ਕਿਸੇ ਤਰ੍ਹਾਂ ਅਸੀਂ ਇਸ ਸਭ ਸਿੰਧੂ ਜਿਹੜੀ ਪਰੰਪਰਾ ਹੈ ਸਾਡੀ, ਇਹੀ ਇੱਕ ਪਰੰਪਰਾ ਹੈ ਜਿਹੜੀ ਸਾਰੇ ਇਸ ਏਰੀਏ ਨੂੰ ਜੋੜ ਸਕਦੀ ਹੈ। ਕੋਈ ਕਾਸਟ ਨਹੀਂ, ਕੋਈ ਕੰਟਰੀ ਨਹੀਂ, ਇਟ ਇਜ਼ ਅਕ੍ਰੋਸ ਐਵਰੀਥਿੰਗ, ਅਤੇ ਇਸ ਤੋਂ ਜ਼ਿਆਦਾ ਜੋੜਨ ਵਾਲੀ ਕੋਈ ਚੀਜ਼ ਨਹੀਂ ਹੈ। ਇਸ ਪਰੰਪਰਾ ਨੂੰ ਲੈ ਕੇ ਅਸੀਂ ਅੱਗੇ ਵਧੀਏ,
ਸੋ ਆਪਾਂ ਸਾਰੇ ਜਿਹੜੇ ਆ ਸਾਡਾ ਫਰਜ਼ ਆ ਵੀ ਅਸੀਂ ਇਸ ਪਰੰਪਰਾ ਨੂੰ ਜਿੱਥੇ ਤੱਕ ਲਿਜਾ ਸਕੀਏ, ਜਿੱਦਾਂ ਹੁਣ ਅੱਜ ਗੱਲ ਹੋਈ ਹੈ ਵੀ ਚੰਡੀਗੜ੍ਹ ਨੂੰ ਜਿਹੜਾ ਕੇਂਦਰ ਬਣਾ ਲਈਏ। ਮੈਂ ਜੱਜ ਸਾਹਿਬ ਦਾ ਬੜਾ ਧੰਨਵਾਦੀ ਹੈ, ਜੱਜ ਸਾਹਿਬ ਨੇ ਅੱਜ ਜਿਸ ਤਰ੍ਹਾਂ ਚੀਜ਼ਾਂ ਜਿਹੜੀਆਂ ਕੱਢ ਕੇ ਲਿਆਂਦੀਆਂ ਅਤੇ ਜਿਸ ਤਰ੍ਹਾਂ ਦੇ ਉਦਾਹਰਣ ਦਿੱਤੇ, ਐਗਜ਼ਾਮਪਲ ਜਿਹੜੇ ਕੱਢ ਕੇ ਲਿਆਏ, ਕੇਸ ਸਟੱਡੀਜ਼, ਬੇਸਿਕਲੀ ਉਹ ਸਾਰੀਆਂ ਕੇਸ ਸਟੱਡੀਜ਼, ਉਸ ਤੋਂ ਚੰਗੀ ਲਰਨਿੰਗ ਨਹੀਂ ਹੋ ਸਕਦੀ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਧੰਨਵਾਦ, ਜੈ ਹਿੰਦ। ਉਹ ਸਪਤ ਸਿੰਧੂ ਦੇ ਜੋ ਹੁਣੇ ਵੈਲਿਊਜ਼ ਦੇ ਬਾਰੇ ਕਲਸੀ ਸਾਹਿਬ ਨੇ ਸਾਡੇ ਨਾਲ ਗੱਲ ਕੀਤੀ, ਉਹਨਾਂ ਨੂੰ ਮੂਰਤੀਮਾਨ ਰੂਪ ਦੇਣ ਲਈ ਸੰਕਲਪ ਨਾਂ ਦੇ ਆਧਾਰ ਦੀ ਸਥਾਪਨਾ ਕੀਤੀ, ਜੋ ਕਿ ਅੱਜ ਬਹੁਤ ਵੱਡਾ ਹੋ ਗਿਆ ਹੈ, ਐਡਾ ਵੱਡਾ ਹੋ ਗਿਆ ਹੈ ਕਿ ਅੱਜ ਜਦੋਂ IAS ਦਾ ਰਿਜ਼ਲਟ ਆਉਂਦਾ ਹੈ ਤਾਂ ਉਹਦੇ 'ਚ ਦੋ ਹੀ ਕੈਟੇਗਰੀਆਂ ਹੁੰਦੀਆਂ, ਇੱਕ ਸੰਕਲਪੀਅਨ 'ਚ, ਇੱਕ ਨੋਨ ਸੰਕਲਪੀਅਨ 'ਚ, ਬਾਕੀ ਸਭ ਤੋਂ ਕੈਟੇਗਰੀ ਛੋਟੀਆਂ ਹੁੰਦੀਆਂ। ਸੋ ਬਿਗ ਨਿਵੇਦਨ ਕਰਾਂਗਾ ਸ਼੍ਰੀ ਗਗਨ ਪ੍ਰਦੀਪ ਸਿੰਘ ਬਾਦਲ ਜੀ, ਸਪਤ ਸਿੰਧੂ ਸ਼੍ਰੋਮਣੀ ਅਵਾਰਡ ਲਈ ਸਾਡੇ ਅਗਲੇ ਅਵਾਰਡੀ ਜਿਨ੍ਹਾਂ ਨੂੰ ਮੈਂ ਬੁਲਾਉਣਾ ਚਾਹਾਂਗੀ, ਉਹ ਹਨ ਸ਼੍ਰੀ ਗਗਨ ਪ੍ਰਦੀਪ ਸਿੰਘ ਬਲ ਜੀ, ਐਨ ਇੰਜੀਨੀਅਰ ਗ੍ਰੈਜੂਏਟ ਫਰੋਮ ਪੈਕ ਚੰਡੀਗੜ੍ਹ ਐਂਡ ਅ ਡਿਸਟਿੰਗੁਇਸ਼ਡ ਲਾਇਰ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਹੀ ਇਜ਼ ਨੋਨ ਫਾਰ ਹਿਜ਼ ਐਕਸਟ੍ਰੀਮ ਜ਼ੀਲ ਟੂ ਕੰਟਰੀਬਿਊਟ ਟੂ ਨੈਸ਼ਨਲ ਐਂਡ ਸੋਸ਼ਲ ਕਾਜ਼ਿਜ਼ ਐਂਡ ਹੈਜ਼ ਗੇਨਡ ਫੇਮ ਫਾਰ ਹਿਜ਼ ਵੋਲੰਟਰੀ ਸਰਵਿਸਿਜ਼ ਇਨ ਹਾਈ ਪ੍ਰੋਫਾਈਲ ਕੇਸਿਸ ਸੱਚ ਐਜ਼ ਜਲਿਆਂਵਾਲਾ ਬਾਗ ਕੇਸ, ਆਰਟੀਕਲ 370 ਕੇਸ ਐਂਡ ਦ ਹੋਮਸ ਚਿਲਡਰਨ ਮੈਸਕੇਅਰ ਕੇਸ। ਥੈਂਕ ਯੂ ਫਾਰ ਬੀਂਗ ਹੇਅਰ ਵਿਦ ਅਸ ਸਰ। ਪ੍ਰੋਫੈਸ਼ਨਲ ਹੋਣ ਦੇ ਨਾਤੇ ਮੈਂ ਖੁਦ ਗੱਲ ਸ਼ੇਅਰ ਕਰਦਾ, ਮੈਂ ਡਾਕਟਰਾਂ ਵੱਲ ਸਭ ਲਾਇਰ ਨੇ, ਡਾਕਟਰਾਂ ਅਤੇ ਲਾਇਰ ਪ੍ਰੋਫੈਸ਼ਨਲ ਦੇ ਬਾਰੇ ਜਿਹੜੀ ਆਮ ਲੋਕਾਂ ਦੀ ਇੱਕ ਧਾਰਨਾ ਨਾ ਕਿ ਆਪਣੀ ਪ੍ਰੋਫੈਸ਼ਨਲ ਨੌਲੇਜ ਬਿਨਾਂ ਪੇਮੈਂਟ ਲੈਤੇ ਫੀ ਲੈਤੇ ਅਪਲਾਈ ਨਹੀਂ ਕਰਦੇ। ਸੋ ਇਹ ਬ੍ਰੋਕਨ ਦੈਟ, ਥੈਂਕ ਯੂ। ਹੁਣ ਮੈਂ ਨਿਵੇਦਨ ਕਰਾਂਗਾ, I now request our Honorable Chief Guest Justice A.K. Goyal ji to felicitate Shri Sarvesh Kaushal ji, retired IAS officer and former Chief Secretary, Government of Punjab. Honoring sir, I would now take the opportunity to honor our very eminent chief guest of today's Sapt Sindhu Sahit Mela Session 1, Justice Adarsh Kumar Goyal ji. We are extremely privileged that we got this chance to honor you, sir. ਬੇਸਿਕਲੀ ਮੈਂ ਇਹ ਮਹਿਸੂਸ ਕਰਦਾ ਕਿ ਜਸਟਿਸ ਸਾਹਿਬ ਨੇ ਜਾ ਕੇ ਔਰ ਇਹ ਔਨਰ ਰਿਸੀਵ ਕਰਕੇ ਸਾਡਾ ਮਨ ਵਧਾਇਆ ਹੈ। ਸੋ ਅਸੀਂ ਸਵੇਰੇ ਇਸ ਕਾਰਜਕ੍ਰਮ 'ਤੇ ਆਉਣ ਤੋਂ ਪਹਿਲਾਂ ਮਾਨਯ ਤਰੇਜਾ ਜੀ ਜੱਜ ਸਾਹਿਬ ਬਾਰੇ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਵੱਡੀ ਲੀਗਲ ਪੁਜੀਸ਼ਨਸ 'ਤੇ ਬੈਠ ਕੇ ਜੋ ਸਪਤ ਸਿੰਧੂ ਦੀ ਵਿਚਾਰਧਾਰਾ ਹੈ
ਉਹਨੂੰ ਅੱਜ ਦੇ ਦਿਨ ਦੇ ਵਿੱਚ ਲੀਗਲ ਫੀਲਡ ਦੇ ਵਿੱਚ ਪ੍ਰੈਕਟੀਕਲੀ ਰੀਕ੍ਰੀਏਟ ਕੀਤਾ ਹੈ। ਸੋ ਵੀ ਆਰ ਆਨਰਡ ਟੂ ਆਨਰ ਯੂ ਸਰ। Sir, we are grateful to you for gracing this occasion. आपकी उपस्थिति से और अमूल्य विचारों से हम सब गौरवान्वित महसूस कर रहे हैं। We thank श्री नर्मलजीत सिंह कलसी जी। We are honored to have you here, sir, with us today. Thank you for enlightening us on the theme Sapt Sindhu. शौर्य दवाल जी, आपका ऑनलाइन माध्यम से जुड़ने के लिए बहुत बहुत धन्यवाद। We are grateful to सर अपना कीमती समय और विचारों को साझा करने के लिए बहुत बहुत शुक्रिया। आई थैंक श्री राजेंद्र गुप्ता जी फॉर हिज काइंड प्रेजेंस हियर। वी थैंक जस्टिस जसबीर सिंह जी, जस्टिस एस एन अग्रवाल जी, श्री संतोष तनेजा जी, श्री धर्मपाल जी। वी एज टीम निवेदिता फील एक्सट्रीमली ग्रेटफुल टू ऑल द डिग्निटरीज एंड इंटेलेक्चुअल्स हु हैव ग्रेस्ड दिस ओकेशन। I am thankful to all principals of colleges, various colleges, for their kind association with us. We are thankful to you for joining Team Nivedita. Various colleges and their association is very important to us, and becoming part of Nivedita. Thank you so much. I thank Dr. Virender Garg and Team Nivedita for their constant efforts to make this event successful. I am thankful to media and press for covering this event. Thank you once again. Thank you so much. Thank you everyone. Have a great day ahead. Jis tarah Dr. Varinder ji ne dassya hai ki 2:15 baje sab ne second session liye itthe wapas aana hai. Thank you so much.